ਨਮਸਕਾਰ, ਸਤਿ ਸ਼੍ਰੀ ਅਕਾਲ। ਜਾਗੋ ਪੰਜਾਬ ਵਿੱਚ ਤੁਹਾਡਾ ਸਭ ਦਾ ਸਵਾਗਤ। ਅਸੀਂ ਨੌਰਥ ਅਮਰੀਕਾ ਦੇ ਗਲੋਬਲ ਪੰਜਾਬ ਅਤੇ ਯੂਰਪ ਦੇ ਸੰਗਤ ਟੀਵੀ ਦੇ ਨਾਜ਼ਰੀਨਾਂ ਦਾ ਵੀ ਸਵਾਗਤ ਕਰਦੇ ਹਾਂ। ਬੰਦੇ ਦੇ ਸ਼ੌਂਕ ਹੋਣੇ ਬਹੁਤ ਜ਼ਰੂਰੀ ਨੇ। ਸ਼ਾਇਦ ਇਸੇ ਕਰਕੇ ਹੀ ਆਖਦੇ ਨੇ ਕਿ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ। ਸ਼ੌਂਕ ਕਈ ਕਿਸਮ ਦੇ ਹੁੰਦੇ ਨੇ, ਪਰ ਪੁਰਾਤਨ ਅਤੇ ਸਾਡੇ ਸੱਭਿਆਚਾਰ ਦੇ ਅੰਗ ਸੰਗ ਰਹੀਆਂ ਵਸਤੂਆਂ ਨੂੰ ਇਕੱਠਾ ਕਰਨਾ ਤਾਂ ਯਕੀਨੀ ਤੌਰ 'ਤੇ ਸ਼ੌਂਕ ਮਹਿੰਗਾ ਹੀ ਸਾਬਤ ਹੁੰਦਾ ਹੋਣਾ। ਵਿਆਹ ਸ਼ਾਦੀਆਂ ਦਾ ਹਿੱਸਾ ਰਹੇ ਪੁਰਾਣੇ ਰਿਕਾਰਡ, ਜਿਨ੍ਹਾਂ ਨੂੰ ਤਵੇ ਵਾਲੇ ਗੀਤ ਆਖਿਆ ਜਾਂਦਾ ਸੀ, ਸਮੇਤ ਕਈ ਅਜਿਹੇ ਸੰਗੀਤ ਦੇ ਪੁਰਾਣੇ ਸਾਧਨਾਂ ਦਾ ਸ਼ੌਕ ਪਾਲਣ ਵਾਲੀ ਹਸਤੀ ਹੀ ਅੱਜ ਸਾਡੇ ਮੁੱਖ ਮਹਿਮਾਨ ਨੇ। ਇੰਦਰਜੀਤ ਗੋਰਖਾ ਸੰਗੀਤ ਦੇ ਸਾਧਨਾਂ ਦਾ ਪੁਜਾਰੀ ਹੈ ਅਤੇ ਇੱਕ ਅੱਛਾ ਸਿੰਗਰ ਵੀ ਹੈ। ਗੋਰਖਾ ਜੀ, ਜੀ ਆਇਆਂ ਨੂੰ ਬਹੁਤ ਬਹੁਤ ਸਵਾਗਤ ਹੈ ਜੀ। ਤੁਹਾਡੀ ਜਿਹੜੀ ਹੋਬੀ ਹੈ, ਇਹ ਕਦੋਂ ਦੀ ਚੇਟਕ ਲੱਗੀ ਹੈਗੀ? ਜਿਹੜੇ ਸੰਗੀਤ ਦੇ ਜਿਹੜੇ ਪੁਰਾਣੇ ਸਾਧਨ ਜਿਹਨੂੰ ਅਸੀਂ ਭੁੱਲ ਚੁੱਕੇ, ਉਹ ਵਿਸਰੇ ਜਾ ਚੁੱਕੇ ਹੈਗੇ ਨੇ, ਕਦੀ ਕਿਸੇ ਨੇ ਸੁਣਿਆ ਹੋਣਾ, ਅੱਜ ਦੀ ਜਿਹੜੀ ਨੌਜਵਾਨ ਪੀੜ੍ਹੀ ਉਹਨੇ ਕਦੀ ਦੇਖੇ ਨਹੀਂ ਉਹਨੇ, ਇਹ ਤੁਹਾਨੂੰ ਕਿਵੇਂ ਲੱਗਾ, ਅਹਿਸਾਸ ਹੋਇਆ ਕਿ ਜਿਹੜੇ ਪੁਰਾਣੇ ਸਾਡੇ ਸੰਗੀਤ ਦੇ ਅੰਗ ਸੰਗ ਰਹੇ ਨੇ ਹਿੱਸਾ, ਇਹਨਾਂ ਨੂੰ ਸਾਂਭਿਆ ਜਾਵੇ? ਜਗਤਾਰ ਜੀ, ਅਸਲ ਵਿੱਚ ਜਿਹੜੀ ਗਾਇਕੀ ਹੈ ਜਾਂ ਸੁਣਨਾ ਹੈ, ਬਿਲਕੁਲ ਇਹ ਤਾਂ ਹਰ ਇੱਕ ਇਨਸਾਨ ਨੂੰ ਪਹਿਲਾਂ ਤੋਂ ਹੀ ਹੁੰਦਾ ਹੈ ਤਕਰੀਬਨ ਜ਼ਿਆਦਾਤਰ। ਸੋ ਬਚਪਨ ਤੋਂ ਜਦੋਂ ਆਪਾਂ ਪਹਿਲਾਂ ਮਤਲਬ ਮੁਹੰਮਦ ਸਦੀਕ ਸਾਹਿਬ, ਕੁਲਦੀਪ ਮਾਣਕ ਸਾਹਿਬ, ਉਹਨਾਂ ਦੇ ਗੀਤ ਜਦੋਂ ਆਪਾਂ ਸੁਣਦੇ ਸੀ, ਅਤੇ ਉਸ ਤੋਂ ਬਾਅਦ ਜਦੋਂ ਹੌਲੀ ਹੌਲੀ ਮਤਲਬ ਆਪਾਂ ਜਵਾਨ ਹੁੰਦੇ ਗਏ, ਅਤੇ ਇਹ ਰੁਝਾਨ ਜਿਹੜਾ ਸੁਣਨ ਦਾ ਇਹ ਵੱਧਦਾ ਗਿਆ, ਅਤੇ ਤਕਰੀਬਨ ਮੈਨੂੰ 25-30 ਸਾਲ ਹੋ ਗਏ ਇਸ ਕੰਮ ਦੇ ਵਿੱਚ, ਮਤਲਬ ਸੁਣਨ ਦੇ ਵਿੱਚ ਸ਼ੌਂਕ ਜਿਹੜਾ ਜਾਗਿਆ 25-30 ਸਾਲ ਦੇ ਕਰੀਬ ਹੋ ਗਏ। ਅਤੇ ਜਿਹੜੇ ਸੰਦ ਹੈਗੇ ਨੇ, ਜਿਹਨੇ ਇੰਸਟਰੂਮੈਂਟ ਕਹਿੰਦੇ ਮਿਊਜ਼ਿਕ, ਇਹ ਸਾਰੇ 25 ਸਾਲ ਤੋਂ ਤੁਸੀਂ ਇਕੱਠੇ ਕਰੇ ਜੇ? ਹਾਂਜੀ, ਪਹਿਲਾਂ ਤਾਂ ਜੀ ਛੋਟਾ ਸ਼ੌਂਕ ਸੀ, ਬਿਲਕੁਲ ਇਹ ਪਹਿਲਾਂ ਤਾਂ ਸੁਣਨ ਦਾ ਸ਼ੌਂਕ ਸੀ। ਅੱਛਾ, ਸਾਡੇ ਜਿਹੜੇ ਪਿਤਾ ਜੀ ਸੀ ਉਹ ਬਾਹਰ ਤਕਰੀਬਨ 1970 ਦੇ ਕਰੀਬ ਕਈ ਮੁਲਕਾਂ ਦੇ ਵਿੱਚੋਂ ਜਾ ਕੇ ਆਏ ਨੇ, ਕੰਸਟਰਕਸ਼ਨ ਦੇ ਕੰਮ ਕਰਨ ਵਾਸਤੇ ਗਏ ਸੀ, ਅਤੇ ਜਦੋਂ ਬਾਹਰ ਤੋਂ ਸਾਨੂੰ ਕੋਈ ਸੁਣਨ ਵਾਸਤੇ ਚੀਜ਼ ਲਿਆਉਂਦੇ ਸੀ, ਅਤੇ ਸਾਡਾ ਸ਼ੌਂਕ ਬਹੁਤ ਜ਼ਿਆਦਾ ਵੱਧ ਜਾਂਦਾ ਸੀ, ਅਤੇ ਜਦੋਂ ਉਹ 1978 ਯਾਨੀ ਕਿ 80-78 ਦੇ ਵਿੱਚ ਮੈਨੂੰ ਉਹਨਾਂ ਨੇ ਇੱਕ ਰਿਕਾਰਡ ਪਲੇਅਰ ਲਿਆਂਦਾ, ਤਾਂ ਮੇਰਾ ਇੰਨਾ ਜ਼ਿਆਦਾ ਸ਼ੌਕ ਉਹਨੂੰ ਸੁਣਨ ਦਾ ਬਣਿਆ ਕਿ ਮੇਰੇ ਦਿਲ ਦੇ ਵਿੱਚ ਘਰ ਘਰ ਬੈਠੇ। ਅੱਛਾ ਵਾਹ, ਇਹ ਵੀ ਬੜਾ ਅੱਛਾ ਹੈਗਾ ਜੀ। ਅੱਛਾ, ਕਿੰਨੀ ਕੁ ਕਿਸਮ ਦੇ ਤੁਹਾਡੇ ਕੋਲ ਜਿਹੜੇ ਇੰਸਟਰੂਮੈਂਟ ਹੈਗੇ ਜੀ? ਜਗਤਾਰ ਜੀ, ਮੇਰੇ ਕੋਲ ਤਕਰੀਬਨ 30-40 ਦੇ ਕਰੀਬ ਰਿਕਾਰਡ ਪਲੇਅਰ, ਗਰਾਮੋਫੋਨ, ਅਤੇ ਸਪੂਲ ਮਸ਼ੀਨ, ਅਤੇ ਹੋਰ ਜਿਹੜੇ ਇਲੈਕਟ੍ਰੋਨਿਕ ਦੇ ਨਾਲ ਜੁੜੇ ਹੋਏ ਇੰਸਟਰੂਮੈਂਟ ਨੇ ਉਹ ਮੇਰੇ ਕੋਲ ਮੌਜੂਦ ਨੇ। ਅੱਛਾ, ਸਾਨੂੰ ਬਰੀਫ ਨਾਲ ਦੱਸੋਗੇ ਜਿਹੜੇ ਤੁਸੀਂ ਦੱਸੇ ਕਿ ਕੀ ਕਿਵੇਂ ਕਿਵੇਂ ਚੱਲਦੇ ਹੈਗੇ ਨੇ, ਜਿਹੜਾ ਗਰਾਮਾਫੋਨ ਜਾਂ ਹੋਰ ਵੀ ਜਿਹੜੇ ਨਾਮ ਲਏ ਤੁਸੀਂ? ਜਗਤਾਰ ਜੀ, ਜਿਹੜਾ ਗਰਾਮੋਫੋਨ ਹੈ ਉਹ ਸਭ ਤੋਂ ਪਹਿਲਾਂ ਜਿਹੜਾ ਆਇਆ ਸੀ ਇੰਗਲੈਂਡ ਕੰਪਨੀ ਨੇ ਬਣਾਇਆ ਸੀ ਜੀ ਇਹ, ਅਤੇ ਹੱਥ ਨਾਲ ਚੱਲਣ ਵਾਲਾ ਸੀ, ਕਿਉਂਕਿ ਜਦੋਂ ਬਿਜਲੀ ਦੇ ਐਡੇ ਸਾਧਨ ਨਹੀਂ ਸੀ, ਬਿਲਕੁਲ ਬਿਲਕੁਲ, ਅਤੇ ਮੈਨੂਅਲ ਸੀ, ਅਤੇ ਇਹ ਹੱਥ ਨਾਲ ਚੱਲਦਾ ਸੀ, ਅਤੇ ਇਹਦੇ ਉੱਪਰ ਇੱਕ ਪੌਂਪੂ ਲੱਗਿਆ ਹੁੰਦਾ ਸੀ ਜਿਹਨੂੰ ਆਪਾਂ ਪੌਂਪੂ ਕਹਿੰਦੇ ਜੀ। ਠੀਕ ਹੈ ਜੀ। ਅਤੇ ਉਹ ਜਦੋਂ ਰਿਕਾਰਡ ਸੂਈ ਉੱਪਰ ਚੱਲਦੀ ਸੀ, ਅਤੇ ਸਾਊਂਡ ਬਾਕਸ ਰਾਹੀਂ ਉਹਦੀ ਆਵਾਜ਼ ਜਿਹੜੀ ਸੀ ਉਹ ਪੌਂਪੂ ਦੇ ਵਿੱਚ ਨੂੰ ਨਿਕਲਦੀ ਹੁੰਦੀ ਸੀ, ਉਹ ਸਭ ਤੋਂ ਪਹਿਲਾਂ ਜਿਹੜਾ ਗਰਾਮੋਫੋਨ ਉਹ ਆਇਆ ਸੀ, ਉਹ ਮੇਰੇ ਕੋਲ ਤਕਰੀਬਨ 2-3 ਦੇ ਕਰੀਬ ਮੌਜੂਦ ਨੇ। ਅੱਛਾ। ਅਤੇ ਉਸ ਤੋਂ ਬਾਅਦ ਫਿਰ ਇਹਨਾਂ ਨੇ ਜਿਹੜੇ ਪਿੰਡਾਂ ਦੇ ਵਿੱਚ ਆਪਾਂ ਜਦੋਂ ਰੇਡੀਓ ਸੁਣਦੇ ਸੀ, ਬਿਲਕੁਲ, ਜਦੋਂ ਆਪਾਂ ਉੱਪਰ ਮੰਜਿਆਂ ਦੇ ਉੱਪਰ ਲਾ ਕੇ ਸੁਣਦੇ ਹੁੰਦੇ ਸੀ, ਬਿਲਕੁਲ ਜੀ, ਵਿਆਹ ਸ਼ਾਦੀਆਂ ਦੇ, ਵਿਆਹਾਂ ਸ਼ਾਦੀਆਂ ਦੇ ਵਿੱਚ ਜੀ, ਅਤੇ ਉਹਨਾਂ ਦੇ ਉੱਪਰ ਇੱਕ ਮਸ਼ੀਨ ਹੁੰਦੀ ਸੀ ਜੀ ਜਿਹੜੀ ਹੱਥ ਨਾਲ ਚਾਬੀ ਨਾਲ, ਜਿਹਦਾ ਮਾਡਲ ਸੀ 102 ਮਾਡਲ ਜੀ। ਅੱਛਾ। ਉਹ ਜ਼ਿਆਦਾ ਬਹੁਤ ਜ਼ਿਆਦਾ ਮਕਬੂਲ ਹੋਈ, ਜ਼ਿਆਦਾ ਵਧੀਆ ਰਹੀ ਜੀ, ਪੰਜਾਬ ਦੇ ਅੰਦਰ 102 ਮਾਡਲ ਮਸ਼ੀਨ ਕਾਫੀ ਵਿਕੀ ਅਤੇ ਕਾਫੀ ਚੱਲੀ, ਉਹ ਵੀ ਮੈਨੂਅਲ ਸੀ, ਉਹ ਵੀ ਲਾਈਟ ਤੋਂ ਬਗੈਰ ਸੀ, ਕਿਉਂਕਿ ਉਹਦੇ ਇਸ ਤਰ੍ਹਾਂ ਹੁੰਦਾ ਤਾਂ ਜੀ ਉਹਨਾਂ ਦੇ ਕੋਲ ਜਿਹੜਾ ਐਂਪਲੀਫਾਇਰ ਹੁੰਦਾ ਸੀ ਉਹ ਆਪਣਾ ਬੈਟਰੀ ਦੇ ਉੱਪਰ ਚੱਲਦਾ ਹੁੰਦਾ ਸੀ ਜੀ, ਅਤੇ ਉਹ ਮਸ਼ੀਨ ਲਾ ਕੇ ਉਹ ਪਿੰਡਾਂ ਦੇ ਵਿੱਚ ਜਿਹੜਾ ਸੁਣਨ ਦਾ ਸਾਧਨ ਉਹਨਾਂ ਦਾ ਸੀ ਉਹ ਜ਼ਿਆਦਾ ਮਕਬੂਲ ਹੋਇਆ। ਉਸ ਤੋਂ ਬਾਅਦ ਫਿਰ ਇਹ 102 ਮਾਡਲ ਮਸ਼ੀਨ ਕਾਫੀ ਮਸ਼ਹੂਰ ਹੋਈ। ਉਸ ਤੋਂ ਬਾਅਦ ਸਰ ਇਹਨਾਂ ਨੇ ਤਕਰੀਬਨ ਜਿਹੜੇ ਲਾਈਟ ਵਾਲੀਆਂ ਜਿਹੜੀਆਂ ਇਲੈਕਟ੍ਰੋਨਿਕ ਦੀਆਂ ਜਿਹੜੀਆਂ ਮਸ਼ੀਨਾਂ ਚੱਲੀਆਂ, ਉਸ ਤੋਂ ਬਾਅਦ ਫਿਰ ਇਹਨਾਂ ਨੇ ਇਲੈਕਟ੍ਰੋਨਿਕ ਮਸ਼ੀਨਾਂ ਜਿਹੜੀਆਂ ਉਹ ਕੱਢੀਆਂ। ਅਤੇ ਇਹ ਜਿਹੜਾ ਹੈਗਾ ਇੱਕ ਜਿਸ ਤਰ੍ਹਾਂ ਵਿਆਹ ਸ਼ਾਦੀਆਂ ਪੁਰਾਣੇ ਕਿ ਮੰਜੇ ਜਾਂ ਉੱਪਰ ਕੋਠੇ ਦੀ ਛੱਤ 'ਤੇ ਟੇਬਲ ਜਿਹਨਾਂ ਉਹ ਵੱਡਾ ਸਪੀਕਰ ਰੱਖ ਲਿਆ ਹੈ ਨਾ, ਥੱਲੇ ਇੱਕ ਹੁੰਦਾ ਕਿ ਉਹ ਤਵੇ ਜਿਹਨੂੰ ਕਹਿ ਦਿੰਦੇ ਹੈਗੇ ਨਾ, ਉਹ ਸੂਈ ਚੁੱਕ ਕੇ ਇੱਥੇ ਰੱਖ ਦਿੰਦੇ ਹੁੰਦੇ ਸੀ, ਜਿਹੜਾ ਵਿਆਹ ਬਰਾਤ ਦੇ ਨਾਲ ਜਾਂਦਾ ਸੀ ਉਹ ਸਾਊਂਡ ਵਾਲਾ ਨਾ ਜੀ। ਹਾਂਜੀ, ਉਹ ਵੀ ਤੁਹਾਡੇ ਕੋਲ ਹੈਗੇ ਨੇ ਸਰ? ਹਾਂਜੀ, ਉਹ ਤਕਰੀਬਨ ਅੱਜ ਤੋਂ ਜੇ ਮੰਨੀਏ ਵੀ ਆਪਾਂ 30-40 ਸਾਲ ਪਹਿਲਾਂ ਚੱਲੀਏ, ਤਾਂ ਪਹਿਲਾਂ ਲੱਖ ਦੇ ਤਵੇ ਆਉਂਦੇ ਹੁੰਦੇ ਸੀ। ਅੱਛਾ। ਅਤੇ ਲੱਖ ਦੇ ਤਵੇ ਜਿਹੜੇ ਹੁੰਦੇ ਸੀ ਉਹ
ਗ੍ਰਾਮੋਫੋਨ ਤੇ ਚੱਲਦੇ ਹੁੰਦੇ ਸੀ ਤੇ ਉਹਦੇ ਜਿਹੜੀ ਸੂਈ ਹੁੰਦੀ ਸੀ ਉਹ ਲੋਹੇ ਦੀ ਹੁੰਦੀ ਸੀ, ਬਿਲਕੁਲ ਪਤਲੀ ਜੀ, ਪਤਲੀ ਜੀ ਸੂਈ, ਬਿਲਕੁਲ ਬਿਲਕੁਲ, ਤੇ ਉਹ ਹਰ ਇੱਕ ਤਵੇ ਤੋਂ ਬਾਅਦ ਉਹ ਸੂਈ ਬਦਲੀ ਜਾਂਦੀ ਸੀ, ਤੇ ਜਦੋਂ ਉਹ ਸੂਈ ਜਦੋਂ ਚਲਾਉਣ ਵਾਲਾ ਭਾਈ ਰੇਡੀਓ ਵਾਲੇ ਆਪਾਂ ਕਹਿੰਦੇ ਹੁੰਦੇ ਸੀ, ਬਿਲਕੁਲ ਬਿਲਕੁਲ, ਜਦੋਂ ਕੱਢਦਾ ਸੀ ਬੱਚੇ ਉਹਨੂੰ ਚੱਕਣ ਵਾਸਤੇ ਬੜੇ ਉਤਾਵਲੇ ਹੁੰਦੇ ਸੀ, ਅਸੀਂ ਬੈਠੇ ਰਹਿੰਦੇ ਸੀ ਜਾ ਕੇ ਮਸ਼ੀਨਾਂ ਦੇ ਅੱਗੇ ਦੇਖਦੇ ਹੁੰਦੇ ਸੀ, ਤੇ ਜਦੋਂ ਉਹਨਾਂ ਨੇ ਲੋਹੇ ਦੀ ਸੂਈ ਉਹਦੇ ਵਿੱਚ ਪਾਉਣੀ ਤੇ ਉਹ ਪੱਥਰ ਦੇ ਜਿਹੜਾ ਲਾਖ ਦਾ ਰਿਕਾਰਡ ਹੁੰਦਾ ਸੀ ਉਹਦੇ ਚਲਾਉਣੀ, ਤੇ ਉਹ ਬੜਾ ਮਜ਼ਾ ਆਉਂਦਾ ਸੀ ਦੇਖ ਕੇ, ਉਹ ਚਲਦੇ ਚਲਦੇ ਉਹ ਜਿਹੜੀ ਸੂਈ ਉਹ ਘਸ ਜਾਂਦੀ ਸੀ, ਹਾਂਜੀ ਇੱਕ ਰਿਕਾਰਡ ਤੋਂ ਬਾਅਦ ਉਹ ਸੂਈ ਚੇਂਜ ਕਰਨੀ ਪੈਂਦੀ ਸੀ ਕਿਉਂਕਿ ਉਹ ਲਾਖ ਦਾ ਤਵਾ ਹੁੰਦਾ ਸੀ ਤੇ ਉਹ ਜਿਹੜੀ ਸੂਈ ਸੀ ਉਹ ਲੋਹੇ ਦੀ ਹੁੰਦੀ ਸੀ, ਤੇ ਉਹ ਜਦੋਂ ਪੂਰਾ ਰਿਕਾਰਡ ਹੁੰਦਾ ਸੀ ਉਹ ਘਸ ਜਾਂਦੀ ਸੀ, ਫਿਰ ਬਦਲਣੀ ਪੈਂਦੀ ਸੀ। ਤੁਸੀਂ ਗੋਰਖਾ ਜੀ ਕਾਫੀ ਤੁਹਾਨੂੰ ਪੁਰਾਣਾ ਹੈ, ਤੁਸੀਂ ਕਾਫੀ ਲੰਮੇ ਸਮੇਂ ਤੋਂ ਸੰਭਾਲ ਕਰੇ ਜਿਹਨਾਂ ਜਿਹੜੀਆਂ ਵਸਤੂਆਂ ਸਾਡੇ ਮਿਊਜ਼ਿਕ ਦਾ ਜਿਹੜਾ ਹਿੱਸਾ ਰਹਿ ਚੁੱਕਿਆ ਹੈਗੇ ਨਾ ਜੀ, ਹਾਂਜੀ, ਤੇ ਤੁਹਾਨੂੰ ਇਹ ਜਿਹੜੇ ਇਕੱਠੇ ਕਰਨ ਵਾਸਤੇ ਜਿਹੜੇ ਸੰਦ ਆ ਜਿਹੜੇ ਇੰਸਟਰੂਮੈਂਟ ਹੈਗੇ ਨੇ ਇਹ ਦੂਰ ਦੁਰਾਡੇ ਵੀ ਜਾਣਾ ਪਿਆਊਗਾ? ਸਰ ਜੀ ਉਹ ਕਹਿੰਦੇ ਹੁੰਦੇ ਜੀ ਵੀ ਸ਼ੌਂਕ ਦਾ ਕੋਈ ਮੁੱਲ ਨਹੀਂ, ਬਿਲਕੁਲ ਬਿਲਕੁਲ, ਤੇ ਸ਼ੌਂਕ ਵਾਸਤੇ ਬੰਦੇ ਨੂੰ ਪਤਾ ਨਹੀਂ ਕਿੱਥੋਂ ਕਿੱਥੋਂ ਜਾਣਾ ਪੈਂਦਾ ਅਤੇ ਕਿੱਥੇ ਕਿੱਥੇ ਘੁੰਮਣਾ ਪੈਂਦਾ ਜੀ। ਜਦੋਂ ਸਟਾਰਟਿੰਗ ਸੀ ਸ਼ੁਰੂ ਦੇ ਵਿੱਚ 1980 ਦੇ ਕਰੀਬ ਤਾਂ ਮੇਰਾ ਸ਼ੌਂਕ ਛੋਟਾ ਸੀ, ਅਤੇ ਮੈਂ ਹੌਲੀ ਹੌਲੀ ਜਦੋਂ ਮੇਰਾ ਸ਼ੌਂਕ ਵਧਿਆ ਤਾਂ ਮੈਨੂੰ ਸਭ ਤੋਂ ਪਹਿਲਾਂ ਤਾਂ ਪੰਜਾਬ ਦੇ ਜਿਹੜੇ ਸ਼ਹਿਰ ਨੇ ਉਹਨਾਂ ਦੇ ਵਿੱਚ ਮੈਨੂੰ ਜਾਣਾ ਪਿਆ, ਪਿੰਡਾਂ ਤੋਂ ਲੈ ਕੇ ਸ਼ਹਿਰਾਂ ਦੇ ਵਿੱਚ ਜਾਣਾ ਪਿਆ। ਪਿੰਡਾਂ ਵਿੱਚ ਜਿੱਥੇ ਕਿਤੇ ਮੈਨੂੰ ਪਤਾ ਲੱਗਦਾ ਸੀ ਵੀ ਉੱਥੇ ਰੇਡੀਓ ਹੈ ਜਾਂ ਉੱਥੇ ਸਮਾਨ ਪਿਆ, ਮੈਂ ਉੱਥੇ ਜਾਂਦਾ ਸੀ, ਅਤੇ ਉਸ ਤੋਂ ਬਾਅਦ ਹੌਲੀ ਹੌਲੀ ਸ਼ਹਿਰਾਂ ਦੇ ਵਿੱਚ ਪੁੱਜਿਆ ਜੀ ਮੈਂ ਪੰਜਾਬ ਦੇ, ਤਕਰੀਬਨ ਕਾਫੀ ਵੱਡੇ ਸ਼ਹਿਰ ਜਿਨ੍ਹਾਂ ਦੇ ਵਿੱਚ ਅੰਮ੍ਰਿਤਸਰ, ਜਲੰਧਰ, ਪਠਾਨਕੋਟ, ਜਿੰਨੇ ਵੀ ਵੱਡੇ ਵੱਡੇ ਸ਼ਹਿਰ ਉਹਨਾਂ ਸਾਰਿਆਂ ਸ਼ਹਿਰਾਂ ਦੇ ਵਿੱਚ ਮੈਂ ਘੁੰਮਿਆ, ਅਤੇ ਜਿੱਥੇ ਵੀ ਮੈਨੂੰ ਕਿਤੇ ਪਤਾ ਲੱਗਿਆ ਕਿਸੇ ਦੁਕਾਨਦਾਰ ਤੋਂ ਜਾਂ ਕਿਸੇ ਜਾਣਕਾਰ ਤੋਂ ਅਤੇ ਮੈਂ ਉੱਥੇ ਪਹੁੰਚਿਆ ਅਤੇ ਉਹ ਇੰਸਟਰੂਮੈਂਟ ਖਰੀਦਣ ਦੀ ਕੋਸ਼ਿਸ਼ ਕੀਤੀ ਅਤੇ ਇਕੱਠਿਆਂ ਕਰਨ ਦੀ ਕੋਸ਼ਿਸ਼ ਕੀਤੀ। ਉਸ ਤੋਂ ਬਾਅਦ ਜਗਤਾਰ ਜੀ ਮੈਂ ਤਕਰੀਬਨ ਦਿੱਲੀ ਪਹੁੰਚਿਆ। ਅੱਛਾ ਜੀ। ਦਿੱਲੀ ਦੇ ਵਿੱਚ ਕਾਫੀ ਇਸ ਕੰਮ ਦਾ ਜਿਹੜਾ ਬਿਲਕੁਲ ਉਹ ਬਹੁਤ ਜ਼ਿਆਦਾ ਹੈ ਕਿਉਂਕਿ ਉੱਥੇ ਪੂਰੇ ਆਪਣੀ ਵਰਲਡ ਦੀ ਮੰਡੀ ਹੈ, ਤੁਹਾਨੂੰ ਪਤਾ ਹੀ ਹੈ, ਅਤੇ ਉੱਥੇ ਹਰ ਇੱਕ ਤਰ੍ਹਾਂ ਦਾ ਸ਼ੌਕੀਨ ਆਉਂਦਾ ਹੈ, ਅਤੇ ਉੱਥੇ ਜਾਣ ਦਾ ਮੈਨੂੰ ਮੌਕਾ ਮਿਲਿਆ। ਦਿੱਲੀ ਮੈਂ ਬਹੁਤ ਵਾਰੀ ਗਿਆ ਅਤੇ ਉੱਥੇ ਬਹੁਤ ਕੁਛ ਮੈਨੂੰ ਮਿਲਿਆ ਦਿੱਲੀ ਤੋਂ। ਉਸ ਤੋਂ ਬਾਅਦ ਜਗਤਾਰ ਜੀ ਮੈਂ ਅੱਗੇ ਪਲਾਂਗ ਪੱਟੀ, ਫਿਰ ਮੈਂ ਕਲਕੱਤੇ ਪਹੁੰਚਿਆ। ਅੱਛਾ ਜੀ। ਅਤੇ ਫਿਰ ਮੈਂ ਬੰਬੇ ਵੀ ਗਿਆ, ਅਤੇ ਇਸ ਤਰ੍ਹਾਂ ਪੰਜਾਬ ਦੇ ਕਈ ਜਿਹੜੇ ਵੱਡੇ ਮੁੱਖ ਸ਼ਹਿਰ ਹੈ ਇਹ ਸ਼ੌਂਕ ਦੇ ਪੱਖੋਂ ਮੈਨੂੰ ਉੱਥੇ ਸ਼ਹਿਰ ਵੀ ਦੇਖਣ ਦਾ ਮੌਕਾ ਮਿਲਿਆ ਅਤੇ ਮੈਨੂੰ ਇਹ ਸ਼ੌਂਕ ਦੇ ਪੱਖੋਂ ਇਹ ਸਮਾਨ ਵੀ ਦੇਖਣ ਦਾ ਮੌਕਾ ਮਿਲਿਆ। ਤੁਸੀਂ ਜਾਣੀ ਕਿ ਵਾਕਈ ਜਿਸ ਕਹਿੰਦੇ ਸ਼ੌਂਕ ਦਾ ਕੋਈ ਮੁੱਲ ਨਹੀਂ, ਪਹੁੰਚਦੇ ਪਹੁੰਚਦੇ ਬੰਬੇ ਕਲਕੱਤੇ ਵੀ ਹੋਇਆ ਜੀ। ਹਾਂਜੀ ਹਾਂਜੀ। ਅੱਛਾ, ਇਹ ਜਿਸ ਤਰ੍ਹਾਂ ਜਿੱਦਾਂ ਤੁਸੀਂ ਪਾਲਿਆ ਗਿਆ ਸ਼ੌਂਕ ਪਾਲਿਆ ਗਿਆ ਘਰ ਦੇ ਜਾਂ ਯਾਰ ਦੋਸਤ ਐਵੇਂ ਦੇ ਯਾਰ ਝੱਲਾ ਵੀ ਫਿਰਦਾ ਗੋਰਖਾ ਕੋਈ ਕੰਮ ਕਰੇ ਯਾਰ ਇਹ ਕੀ ਇਕੱਠੇ ਕਰੀ ਜਾਂਦਾ ਸੰਦ? ਸਰ ਜੀ ਇਹ ਤਾਂ ਹਰ ਇੱਕ ਇਨਸਾਨ ਦੇ ਨਾਲ ਤਕਰੀਬਨ ਹੁੰਦਾ ਹੈ ਵੀ ਜਦੋਂ ਕੋਈ ਬੰਦਾ ਇਸ ਤਰ੍ਹਾਂ ਦਾ ਕੰਮ ਕਰਦਾ ਤਾਂ ਘਰ ਦੇ ਜ਼ਰੂਰ ਉਹਨੂੰ ਟੋਕਦੇ ਨੇ ਅਤੇ ਰੋਕਦੇ ਨੇ। ਬਿਲਕੁਲ। ਅਤੇ ਮੇਰੇ ਘਰ ਦੇ ਵੀ ਪਹਿਲਾਂ ਪਹਿਲਾਂ ਬਹੁਤ ਕਹਿੰਦੇ ਹੁੰਦੇ ਸੀ ਕਿ ਤੂੰ ਐਵੇਂ ਕਿਉਂ ਪਾਗਲਾਂ ਦੀ ਤਰ੍ਹਾਂ ਪੈਸਾ ਇਹ ਜਿਹੜਾ ਖਰਾਬ ਕਰਦਾ ਹੈ ਅਤੇ ਇਹਨਾਂ ਚੀਜ਼ਾਂ ਦੇ ਉੱਪਰ ਐਵੇਂ ਲਾਈ ਜਾਂਦਾ ਹੈ, ਇਹਨਾਂ ਦਾ ਕੋਈ ਮਾਇਨਾ ਨਹੀਂ ਹੈ। ਅਤੇ ਮੈਂ ਜਗਤਾਰ ਜੀ ਮੇਰੀ ਇੱਕ ਇਹ ਗੱਲ ਸੀ ਕਿ ਮੈਂ ਜਿਹੜਾ ਆਪਣਾ ਆਪਣੀ ਜਿਹੜੀ ਮੇਰੀ ਜ਼ਿੰਦਗੀ ਹੈ ਅਤੇ ਹਰ ਇੱਕ ਇਨਸਾਨ ਦੀ ਆਪਣੀ ਜ਼ਿੰਦਗੀ ਦੇ ਉੱਪਰ ਪੂਰਾ ਹੱਕ ਹੁੰਦਾ ਹੈ। ਬਿਲਕੁਲ। ਅਤੇ ਮੈਂ ਆਪਣੇ ਘਰਦਿਆਂ ਨੂੰ ਇਹੀ ਕਹਿੰਦਾ ਹੁੰਦਾ ਸੀ ਵੀ ਦੇਖੋ ਤੁਹਾਡੀ ਜ਼ਿੰਦਗੀ ਦੇ ਵਿੱਚ ਮੈਂ ਦਖਲ ਅੰਦਾਜ਼ੀ ਨਹੀਂ ਦਿੰਦਾ, ਤੁਹਾਡੇ ਜਿਹੜੇ ਸ਼ੌਂਕ ਨੇ ਉਹਨਾਂ ਨੂੰ ਪੂਰੇ ਕਰੋ ਅਤੇ ਮੈਨੂੰ ਮੇਰੇ ਜਿਹੜੇ ਸ਼ੌਂਕ ਉਹ ਪੂਰੇ ਕਰਨ ਦਿਓ ਅਤੇ ਮੇਰੇ ਇਸ ਕੰਮ ਦੇ ਵਿੱਚ ਤੁਸੀਂ ਦਖਲ ਅੰਦਾਜ਼ੀ ਘੱਟ ਦਿਓ। ਪਹਿਲਾਂ ਪਹਿਲਾਂ ਬੜੇ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਹੁੰਦੀਆਂ ਰਹੀਆਂ, ਪਰ ਜਦੋਂ ਇਹ ਸ਼ੌਂਕ ਜ਼ਿਆਦਾ ਵੱਧ ਗਿਆ ਅਤੇ ਵਧੀਆ ਹੋਣ ਲੱਗਿਆ ਅਤੇ ਫਿਰ ਘਰਦਿਆਂ ਨੇ ਸੋਚਿਆ ਵੀ ਭਾਈ ਇਹਨੇ ਹਟਣਾ ਤਾਂ ਹੈ ਨਹੀਂ, ਮੈਨੂੰ ਕਰਨ ਦਿਉ, ਅਤੇ ਹੁਣ ਮੈਨੂੰ ਕੋਈ ਵੀ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਕਹਿੰਦਾ। ਅਤੇ ਜਿਹੜੇ ਯਾਰ ਦੋਸਤ ਨੇ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ, ਯਾਰ ਦੋਸਤ ਪਹਿਲਾਂ ਪਹਿਲਾਂ ਕਹਿੰਦੇ ਹੁੰਦੇ ਸੀ ਵੀ ਯਾਰ ਕੀ ਤੂੰ ਪਾਗਲਾਂ ਦੀ ਤਰ੍ਹਾਂ ਸ਼ਹਿਰਾਂ ਦੇ ਵਿੱਚ ਘੁੰਮੀ ਜਾਂਦਾ ਇਹਨਾਂ ਚੀਜ਼ਾਂ ਦੇ ਪਿੱਛੇ, ਇਹ ਜ਼ਮਾਨਾ ਖਤਮ ਹੋ ਗਿਆ। ਮੈਂ ਉਹਨਾਂ ਨੂੰ ਇੱਕੋ ਗੱਲ ਕਹਿੰਦਾ ਹੁੰਦਾ ਸੀ ਕਿ ਜੇ ਸਾਡੇ ਬਜ਼ੁਰਗ ਜਿਹੜੇ ਸਾਡੇ ਬਾਬਾ ਜੀ ਨੇ ਤਾਂ ਸਾਡੇ ਪਿਤਾ ਜੀ ਹੈ, ਜੇ ਸਾਡੇ ਪਿਤਾ ਜੀ ਹੈ ਤਾਂ ਅਸੀਂ ਹੈ। ਤੇ ਕਹਿਣ ਦਾ ਭਾਵ ਹੈ ਮੈਂ ਉਹਨਾਂ ਦੋ ਸਾਡੇ ਜਿਸ ਤਰ੍ਹਾਂ ਸਾਡਾ ਵੰਸ਼ ਹੈ ਵੀ ਸਾਡੇ ਵੰਸ਼ ਦੇ ਹਿੱਸਾ ਹੀ ਨੇ। ਹਾਂਜੀ। ਤੇ ਮੈਂ ਉਹਨਾਂ ਨੂੰ ਇੱਕੋ ਗੱਲ ਕਿਹਾ ਕਰਦਾ ਸੀ ਕਿ ਜੇ ਵਜੂਦ ਕਿਸੇ ਚੀਜ਼ ਦਾ ਹੈ ਤਾਂ ਉਹ ਸਾਨੂੰ ਯਾਦ ਰੱਖਣਾ ਚਾਹੀਦਾ, ਕਿਉਂਕਿ ਸਾਡੇ ਬਜ਼ੁਰਗਾਂ ਨੂੰ ਜੇ ਅਸੀਂ ਭੁੱਲ ਜਾਈਏ ਤਾਂ ਫਿਰ ਸਾਡੀ ਕੋਈ ਮਾਇਨਾ ਨਹੀਂ ਰਹਿੰਦਾ। ਤੇ ਜਿਹੜੀਆਂ ਇਹ ਚੀਜ਼ਾਂ ਅੱਜ ਵੀ ਜਗਤਾਰ ਜੀ ਜਿਸ ਤਰ੍ਹਾਂ ਸੀਡੀ ਹੈ ਮੰਨ ਲਓ ਜਾਂ ਕੋਈ ਵੀ ਚੀਜ਼ ਇੰਸਟਰੂਮੈਂਟ ਆਇਆ ਹੈ, ਪਹਿਲਾਂ ਤਾਂ ਇੰਸਟਰੂਮੈਂਟ ਉਹ ਬਣਿਆ ਨਾ, ਉਸ ਤੋਂ ਅੱਗੇ ਅੱਗੇ ਤਕਨੀਕ ਬਦਲਦੀ ਗਈ ਅਤੇ ਉਹ ਬਦਲਦੇ ਗਏ। ਅਤੇ ਮੈਂ ਤਾਂ ਇਹੀ ਸੋਚਦਾ ਕਿ ਜਿਹੜੀਆਂ ਉਹ ਚੀਜ਼ਾਂ ਉਹਨਾਂ ਨੂੰ ਭੁੱਲਣਾ ਨਹੀਂ ਚਾਹੀਦਾ, ਕਿਉਂਕਿ ਉਹ ਸਾਡੀ ਹੋਂਦ ਹੈ, ਸਾਡੀ ਉਹ ਸਟਾਰਟਿੰਗ ਹੈ, ਸਾਡੀ ਜੜ ਹੈ। ਜੇ ਹੁਣ ਦਰਖਤ ਦੀ ਜੜੇ ਵੱਢ ਦਿੱਤੀ ਜਾਏ ਤਾਂ ਸੁੱਕ ਜੂਗਾ। ਬਿਲਕੁਲ। ਅਤੇ ਇਸੇ ਤਰ੍ਹਾਂ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਇਹ ਉਸ ਚੀਜ਼ ਦੀਆਂ ਹਿੱਸਾ ਬਹੁਤ ਵੱਡਾ ਹਿੱਸਾ ਨੇ ਵੀ ਜੇ ਇਹਨਾਂ ਨੂੰ ਆਪਾਂ ਭੁੱਲੀਏ
ਤਾਂ ਮੇਰੀ ਸੋਚ ਹੈ ਇਹ ਬਾਕੀ ਮੈਂ ਕਹਿ ਨਹੀਂ ਸਕਦਾ ਕਿ ਲੋਕਾਂ ਦੀ ਕੀ ਸੋਚ ਹੈ ਪਰ ਮੇਰੀ ਬਹੁਤ ਅਨਮੁੱਲੇ ਨੇ ਵਡਮੁੱਲੇ ਨੇ ਹਾਂਜੀ ਮੇਰੀ ਇਹ ਸੋਚ ਹੈ ਕਿ ਸਾਨੂੰ ਜੇ ਕੋਈ ਵੀ ਜਿਸ ਤਰ੍ਹਾਂ ਹੁਣ ਭਗਤ ਸਿੰਘ ਜੀ ਹੋਏ ਭਗਤ ਸਿੰਘ ਜੀ ਨੇ ਐਡੀ ਵੱਡੀ ਕੁਰਬਾਨੀ ਦਿੱਤੀ ਸਾਡਾ ਦੇਸ਼ ਆਜ਼ਾਦ ਕੀਤਾ ਅਤੇ ਜੇ ਅਸੀਂ ਉਹਨਾਂ ਦੀ ਕੁਰਬਾਨੀ ਨੂੰ ਭੁੱਲ ਜਾਈਏ ਅੱਜ ਉਹਨਾਂ ਨੂੰ ਯਾਦ ਨਾ ਕਰੀਏ ਇੱਕ ਬਾਹਰ ਦੇ ਰਾਈਟਰ ਦੀ ਮੈਂ ਇੱਕ ਵਾਰੀ ਗੱਲ ਪੜ੍ਹੀ ਸੀ ਜਗਤਾਰ ਜੀ ਉਹ ਕਹਿੰਦੇ ਹੁੰਦੇ ਸੀ ਵੀ ਉਸ ਦੇਸ਼ ਦਾ ਉਸ ਕੌਮ ਦਾ ਕੁਛ ਨਹੀਂ ਬਣਦਾ ਜਿਹੜੇ ਜਿਹੜੇ ਕਿ ਉਹਨਾਂ ਨੂੰ ਕੁਰਬਾਨੀਆਂ ਦੇਣ ਵਾਲਿਆਂ ਨੂੰ ਭੁੱਲ ਜਾਂਦੇ ਬਿਲਕੁਲ 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 ਅਤੇ ਮੈਂ ਇਹਨਾਂ ਚੀਜ਼ਾਂ ਨੂੰ ਯਾਦ ਰੱਖਣਾ ਚਾਹੁੰਦਾ ਕਿ ਜਿੱਥੋਂ ਸਾਡੀ ਸਟਾਰਟਿੰਗ ਜਿੱਥੋਂ ਸਾਡੀ ਜੜ੍ਹ ਜੰਮੀ ਹੈ ਉਸ ਨੂੰ ਕਦੇ ਵੀ ਇਨਸਾਨ ਨੂੰ ਭੁੱਲਣਾ ਨਹੀਂ ਚਾਹੀਦਾ ਅਤੇ ਮੈਂ ਜਦ ਤੱਕ ਮੇਰੇ ਸਾਹ ਦੇ ਵਿੱਚ ਸਾਹ ਜੀ ਮੈਂ ਤਾਂ ਇਹੀ ਕੋਸ਼ਿਸ਼ ਕਰਦਾ ਰਹਾਂਗਾ ਕਿ ਇੱਕ ਇਹੀ ਨਹੀਂ ਸੰਗੀਤ ਨਹੀਂ ਕੋਈ ਹੋਰ ਵੀ ਕੋਈ ਪੁਰਾਣੀ ਉਸ ਮਤਲਬ ਆਪਣੇ ਉਹਦੇ ਨਾਲ ਜ਼ਿੰਦਗੀ ਦੇ ਨਾਲ ਜੁੜੀਆਂ ਵੀ ਚੀਜ਼ਾਂ ਮੈਂ ਉਹਨਾਂ ਨੂੰ ਪਿਆਰ ਕਰਦਾ ਰਹਾਂਗਾ ਅਤੇ ਜੋੜਦਾ ਰਹਾਂਗਾ ਅੱਛਾ ਹੁਣ ਤਾਂ ਜਿਹੜੇ ਇੰਨੇ ਤੁਸੀਂ ਜਿਹੜੇ ਸਾਰੇ ਜਿੰਨੇ ਪੁਰਾਣੇ ਮਿਊਜ਼ਿਕ ਦੇ ਸਾਧਨ ਹੈਗੇ ਸੀ ਨਾ ਵੱਖਰੀ ਗੱਲ ਰੂਪ ਬਦਲ ਗਏ ਹੈਗੇ ਨੇ ਨਾ ਹਾਂਜੀ ਹਾਂਜੀ ਤੋ ਉਹਨਾਂ ਨੂੰ ਸੰਭਾਲਣ ਵਾਸਤੇ ਫਿਰ ਤਾਂ ਘਰ ਵੀ ਇੱਕ ਵੱਖਰਾ ਉਹਨਾਂ ਨੂੰ ਕਮਰਾ ਮਿਲਿਆ ਹੋਊਗਾ ਜਗ੍ਹਾ ਰੱਖੀ ਟਿਕਾਣਾ ਮਿਲਿਆ ਹੋਊਗਾ ਜੀ ਜਗਤਾਰ ਜੀ ਪਿੰਡ ਦੇ ਵਿੱਚ ਪਿੰਡ ਭੜੌਂਜੀਆਂ ਦੇ ਵਿੱਚ ਮੇਰਾ ਘਰ ਜਿਹੜਾ ਹੈਗਾ ਕਾਫੀ ਵੱਡਾ ਹੈ ਅਤੇ ਮੈਨੂੰ ਉੱਥੇ ਜ਼ਿਆਦਾ ਤੰਗੀ ਨਹੀਂ ਆਈ ਇਸ ਕੰਮ ਦੀ ਅਤੇ ਜਦੋਂ ਇਹਨਾਂ ਇੰਸਟਰੂਮੈਂਟਾਂ ਨੂੰ ਮੈਂ ਘਰ ਦੇ ਵਿੱਚ ਇਕੱਠੇ ਕਰੇ ਪਹਿਲਾਂ ਥੋੜ੍ਹੇ ਸੀ ਫਿਰ ਜ਼ਿਆਦਾ ਵੱਧ ਗਏ ਅਤੇ ਕਮਰਾ ਐਕਸਟਰਾ ਇਹਨਾਂ ਵਾਸਤੇ ਇੱਕ ਲਹਿਦਾ ਲਾਉਣਾ ਪਿਆ ਅਤੇ ਜਗਤਾਰ ਜੀ ਇਹਨਾਂ ਵਾਸਤੇ ਮਿਹਨਤ ਬਹੁਤ ਕਰਨੀ ਪੈਂਦੀ ਹੈ ਸਭ ਤੋਂ ਬੜੀ ਗੱਲ ਤਾਂ ਇਹਨਾਂ ਨੂੰ ਸੰਭਾਲਣਾ ਬਹੁਤ ਜ਼ਰੂਰੀ ਹੈ ਬਹੁਤ ਜ਼ਰੂਰੀ ਹੈ ਜੀ ਅਤੇ ਇਹਨਾਂ ਨੂੰ ਸੰਭਾਲ ਕੇ ਫਿਰ ਇਹਨਾਂ ਨੂੰ ਚਲਾਉਣਾ ਤਾਂ ਮੈਂ ਇਲੈਕਟ੍ਰੋਨਿਕ ਦਾ ਫਿਰ ਕੋਰਸ ਕਰਿਆ ਤਾਂ ਕਿ ਮੈਂ ਇਹਨਾਂ ਨੂੰ ਸੰਭਾਲ ਸਕਾਂ ਕਿਉਂਕਿ ਇਲੈਕਟ੍ਰੋਨਿਕ ਚੀਜ਼ਾਂ ਖਰਾਬ ਬਹੁਤ ਛੇਤੀ ਹੋ ਜਾਂਦੀਆਂ ਨੇ ਕਿਉਂਕਿ ਜੇ ਆਪਾਂ ਉਹਨਾਂ ਨੂੰ 6 ਮਹੀਨੇ ਛੇੜੀਏ ਨਾ ਤਾਂ ਆਟੋਮੈਟਿਕਲੀ ਉਹ ਖਰਾਬ ਹੋ ਜਾਂਦੀਆਂ ਨੇ ਅਤੇ ਹੁਣ ਮੇਰੀ ਕਿਆ ਡਿਊਟੀ ਬਣੀ ਹੋਈ ਜੀ ਇਹਨਾਂ ਦੇ ਪ੍ਰਤੀ ਜਿਸ ਤਰ੍ਹਾਂ ਆਪਾਂ ਬੱਚਿਆਂ ਨੂੰ ਪਾਲਦੇ ਹਾਂ ਜਾਂ ਮੰਨ ਲਓ ਕਿਸੇ ਪੌਦੇ ਨੂੰ ਪਾਣੀ ਦਿੰਦੇ ਹਾਂ ਬਿਲਕੁਲ ਅਤੇ ਮੈਨੂੰ ਇਹਨਾਂ ਨੂੰ ਤਕਰੀਬਨ ਮਹੀਨੇ ਦੇ ਵਿੱਚ ਪਾਣੀ ਦੇਣਾ ਪੈਂਦਾ ਸਾਰੇ ਇੰਸਟਰੂਮੈਂਟ ਮੈਂ ਕੱਢ ਕੇ ਸਾਫ਼ ਵੀ ਕਰਨੇ ਚਲਾਉਣੇ ਵੀ ਚਲਾਉਂਦਾ ਵੀ ਹਾਂ ਜੀ ਅਤੇ ਤੇਲ ਪਾਣੀ ਵੀ ਦਿੰਦਾ ਜੇ ਕੋਈ ਰਿਪੇਅਰ ਦੀ ਕੋਈ ਪ੍ਰੋਬਲਮ ਆ ਜਾਂਦੀ ਤਾਂ ਮੈਂ ਇਹਨਾਂ ਨੂੰ ਰਿਪੇਅਰ ਵੀ ਕਰ ਦਿੰਦਾ ਜ਼ਿਆਦਾਤਰ ਮੇਰਾ ਜਿਹੜਾ ਟਾਈਮ ਹੈ ਤਕਰੀਬਨ ਜ਼ਿੰਦਗੀ ਦਾ ਇਹਨਾਂ ਦੇ ਵੱਲ ਹੀ ਰਹਿੰਦਾ ਹੈ ਧਿਆਨ ਇਹਨਾਂ ਦੇ ਵੱਲ ਹੀ ਰਹਿੰਦਾ ਮੈਂ ਜ਼ਿਆਦਾ ਹੋਰ ਜ਼ਿਆਦਾ ਧਿਆਨ ਧੀਆਂ ਪੁੱਤਾਂ ਵਾਂਗੂ ਤੁਸੀਂ ਇਹਨਾਂ ਨੂੰ ਸਾਂਭ ਰਿਹਾ ਜੀ ਬਿਲਕੁਲ ਜੀ ਹਾਂਜੀ ਹਾਂਜੀ ਅੱਛਾ ਜਿਹੜਾ ਤੁਸੀਂ ਤੁਹਾਡਾ ਤੁਸੀਂ ਆਪਣੇ ਜਿਹੜਾ ਸ਼ੌਕ ਬੜਾ ਅੱਛੀ ਗੱਲ ਆ ਸਾਡੇ ਜਿਹੜਾ ਵਿਰਸਾ ਸੰਭਾਲ ਕੇ ਰੱਖਿਆ ਹੈਗਾ ਤੁਸੀਂ ਹਾਂਜੀ ਫਿਰ ਜਿਹੜੀ ਸਾਡੀ ਜਨਰੇਸ਼ਨ ਆ ਜਾਂ ਹੁਣ ਜਿਹੜਾ ਸਾਡੀ ਮੌਜੂਦਾ ਪੀੜ੍ਹੀ ਹੈਗੀ ਜਾਂ ਆਉਣ ਵਾਲੀ ਪੀੜ੍ਹੀ ਹੈਗੀ ਛੋਟੇ ਬੱਚੇ ਕੱਲ੍ਹ ਉਹਨਾਂ ਵੀ ਵੱਡੇ ਹੋਣਾ ਜੀ ਹਾਂਜੀ ਉਹਨਾਂ ਵਾਸਤੇ ਵੀ ਕੋਈ ਨਾ ਕੋਈ ਤੁਸੀਂ ਮੇਲਿਆਂ 'ਚ ਜਾ ਕੇ ਲਗਾਉਂਦੇ ਹੈਗੇ ਕੋਈ ਸੈਮੀਨਾਰ ਜਾਂ ਕਿੱਥੇ ਸੱਭਿਆਚਾਰਕ ਮੇਲੇ ਲੱਗਦੇ ਹੈਗੇ ਨੇ ਉੱਥੇ ਕੋਈ ਤੁਸੀਂ ਸ਼ੋਅ ਕਰਵਾਉਂਦੇ ਹੈਗੇ ਕੋਈ ਬਕਾਇਦਾ ਇੱਕ ਆਪਾਂ ਕਹਾਂਗੇ ਕਿ ਪ੍ਰਦਰਸ਼ਨੀ ਲਗਾ ਕੇ ਦਿਖਾਉਂਦੇ ਹੈਗੇ ਕਿ ਇਹ ਸਾਡੇ ਪੁਰਾਣੇ ਮਿਊਜ਼ਿਕ ਦੇ ਸਾਧਨ ਹੈਗੇ ਨੇ ਜੀ ਸਰ ਜੀ ਮੇਰੀ ਕੋਸ਼ਿਸ਼ ਤਾਂ ਇਹੀ ਰਹਿੰਦੀ ਹੈ ਵੀ ਵੱਧ ਤੋਂ ਵੱਧ ਇਹ ਇਹਨਾਂ ਦਾ ਪ੍ਰਚਾਰ ਕਰਿਆ ਜਾਵੇ ਦਿਖਾਏ ਜਾਵੇ ਕਿਉਂਕਿ ਬੱਚਿਆਂ ਨੂੰ ਵੀ ਪਤਾ ਲੱਗਾ ਵੀ ਇਹ ਵੀ ਕੋਈ ਚੀਜ਼ ਹੁੰਦੀ ਸੀ ਪਰ ਜਗਤਾਰ ਜੀ ਮੈਨੂੰ ਇੱਕ ਦੁੱਖ ਬਹੁਤ ਬੜਾ ਹੈ ਕਿ ਸਾਡੀ ਜਿਹੜੀ ਮੰਨ ਲਓ ਮੌਜੂਦਾ ਸਰਕਾਰ ਹੈ ਜਾਂ ਕੋਈ ਇਹਨਾਂ ਦੀ ਇੱਕ ਸੰਸਥਾ ਹੈ ਕੁਛ ਵੀ ਹੈ ਉਹ ਸਾਡੇ ਵੱਲ ਕੋਈ ਧਿਆਨ ਨਹੀਂ ਜੀ ਦਿੰਦੀਆਂ ਕਿਉਂਕਿ ਮੈਨੂੰ ਕਦੇ ਕਿਸੇ ਨੇ ਆਣ ਕੇ ਨਹੀਂ ਕਿਹਾ ਵੀ ਤੂੰ ਬਹੁਤ ਵਧੀਆ ਕੰਮ ਕਰਦਾ ਇਹ ਤੁਹਾਡੇ ਚੈਨਲ ਦਾ ਮੈਂ ਬਹੁਤ ਬਹੁਤ ਧੰਨਵਾਦ ਰਹਿਣੀ ਹਾਂ ਜਿਨ੍ਹਾਂ ਨੇ ਮੈਨੂੰ ਇੱਥੇ ਬੁਲਾ ਕੇ ਇਹਨਾਂ ਚੀਜ਼ਾਂ ਬਾਰੇ ਪੁੱਛਿਆ ਅਤੇ ਅੱਜ ਤੱਕ ਮੈਨੂੰ ਸਾਨੂੰ ਤਕਰੀਬਨ ਮੈਂ ਹੀ ਨਹੀਂ ਤਕਰੀਬਨ ਪੰਜਾਬ ਦੇ ਵਿੱਚ ਹੋਰ ਵੀ ਬਹੁਤ ਮੇਰੇ ਵਰਗੇ ਦੋਸਤ ਜਿਹੜੇ ਇਹਨਾਂ ਚੀਜ਼ਾਂ ਨੂੰ ਕਤਲ ਅਸੀਂ ਵੀ ਮਾਣ ਮਹਿਸੂਸ ਕਰ ਰਹੇ ਜੀ ਤੁਹਾਡੇ ਵਰਗੇ ਲੋਕਾਂ ਨੇ ਸਾਡਾ ਜਿਹੜਾ ਵਿਰਸਾ ਹੈਗਾ ਉਹ ਸੰਭਾਲ ਕੇ ਰੱਖਿਆ ਗਿਆ ਅੱਛਾ ਗੋਰਖਾ ਜੀ ਆਪਾਂ ਗੱਲ ਕਰ ਰਹੇ ਸੀ ਕਿ ਜਿਹੜੀ ਨੌਜਵਾਨ ਪੀੜ੍ਹੀ ਆ ਤੁਸੀਂ ਕੋਸ਼ਿਸ਼ ਕਰ ਰਹੇ ਪਰ ਸਰਕਾਰ ਦਾ ਕੋਈ ਯਤਨ ਨਹੀਂ ਉਪਰਾਲਾ ਨਹੀਂ ਕਿ ਉਹ ਤੁਹਾਡੇ ਵਰਗੇ ਲੋਕਾਂ ਦਾ ਸਹਿਯੋਗ ਨਹੀਂ ਕਰ ਰਹੀ ਸਾਥ ਨਹੀਂ ਦੇ ਰਹੇ ਹੈਗੇ ਕਦੀ ਬਾਹਰ ਜਾਂਦਾ ਵੀ ਮੌਕਾ ਮਿਲਿਆ ਉੱਥੇ ਜਾ ਕੇ ਪ੍ਰਦਰਸ਼ਨੀ ਵੀ ਕਰ ਦਿਖਾਈ ਕਿਤੇ ਜੀ ਜਗਤਾਰ ਜੀ ਬਾਹਰ ਮੈਂ ਇਸ ਕੰਮ ਦੇ ਉੱਤੇ ਵਾਸਤੇ ਤਾਂ ਨਹੀਂ ਗਿਆ ਬਾਹਰ ਮੈਂ ਦੁਬਈ ਦੇ ਅੰਦਰ ਆਪਣਾ ਜਿਹੜਾ ਮਜ਼ਦੂਰੀ ਦਾ ਕੰਸਟਰਕਸ਼ਨ ਦਾ ਕੰਮ ਕਰਨ ਵਾਸਤੇ ਗਿਆ ਸੀ ਅੱਛਾ ਅੱਛਾ ਜੀ ਅਤੇ ਉੱਥੇ ਜਾ ਕੇ ਲੱਭਿਆ ਕੁਛ ਥੋੜ੍ਹਾ ਬਹੁਤ ਮਿਲਿਆ ਅਤੇ ਉੱਥੇ ਜ਼ਿਆਦਾਤਰ ਜਗਤਾਰ ਜੀ ਇਹੀਆਂ ਚੀਜ਼ਾਂ ਦੀ ਬਹੁਤ ਘੱਟ ਪ੍ਰਦਰਸ਼ਨੀ ਲੱਗਦੀ ਹੈ ਅੱਛਾ ਅੱਛਾ ਪਰ ਮੈਂ ਇੰਨਾ ਜ਼ਰੂਰ ਦੇਖਿਆ ਵੀ ਬਾਹਰ ਇਹਨਾਂ ਚੀਜ਼ਾਂ ਦੀ ਕਦਰ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਜਗਤਾਰ ਜੀ ਉੱਥੇ ਕੀ ਹੁੰਦਾ ਕਿ ਉੱਥੇ ਤੁਸੀਂ ਕੋਈ ਵੀ ਸਮਾਨ ਲੈਣ ਜਾਓ ਉਹਨਾਂ ਨੂੰ ਆਰਡਰ ਕਰੋ ਤਾਂ ਉਹ ਜੇ ਨਹੀਂ ਅਵੇਲੇਬਲ ਤਾਂ ਉਹ ਤਿਆਰ ਕਰਵਾ ਕੇ ਦੇ ਦਿੰਦੇ ਨੇ ਪਰ ਸਾਡੇ ਹਿੰਦੁਸਤਾਨ ਦੇ ਵਿੱਚ ਇਹ ਗੱਲ ਨਹੀਂ ਹੈ ਸਾਡੇ ਇੱਥੇ ਜੀ HMB ਦਾ ਜਿਹੜਾ ਸੀ ਪਲਾਂਟ ਕਾਫੀ ਕਲਕੱਤੇ ਵੱਡਾ ਸੀ ਜੀ ਅਤੇ ਅੱਜ ਮੈਨੂੰ ਜਿਹੜੀ ਪ੍ਰੋਬਲਮ ਆ ਰਹੀ ਹੈ ਇਹਨਾਂ ਚੀਜ਼ਾਂ ਦੇ ਬਾਰੇ ਇਹਨਾਂ ਦੀ ਜਿਹੜੀ ਨਿਡਲ ਹੁੰਦੀ ਹੈ ਜੀ ਜਾਂ ਕਾਟਰੇਜ ਹੁੰਦੀ ਹੈ ਜਾਂ ਇਹਨਾਂ ਦੇ ਇੰਸਟਰੂਮੈਂਟ ਦੇ ਵਿੱਚ ਜੋ ਚੀਜ਼ ਪੈਂਦੀ ਹੈ ਉਹ ਇੱਥੇ ਅਵੇਲੇਬਲ ਨਹੀਂ ਹੈ ਅੱਛਾ ਫਿਰ ਲੋੜ ਪੈਂਦੀ ਕਿੱਥੋਂ ਮੰਗਵਾਉਂਦੇ ਲੋੜ ਜਦੋਂ ਪੈਂਦੀ ਹੈ ਜੀ ਦਿੱਲੀ ਜਿਨ੍ਹਾਂ ਦੇ ਕੋਲ 20-20 ਸਾਲ ਦਾ ਪੁਰਾਣਾ ਸਮਾਨ ਪਿਆ ਹੈ ਜਾਂ ਜਿਨ੍ਹਾਂ ਦੇ ਕੋਲ ਪਏ ਹੈ ਉਹ ਸਮਾਨ ਉੱਥੋਂ ਸਾਨੂੰ ਲਿਆਉਣਾ ਪੈਂਦਾ ਹੈ ਅਤੇ ਜਾਂ ਫਿਰ ਮੈਨੂੰ ਜਪਾਨ ਤੋਂ ਮੰਗਵਾਉਣਾ ਪੈਂਦਾ ਹੁਣ ਤੁਸੀਂ ਜਗਤਾਰ ਜੀ ਇੱਕ ਚੀਜ਼ ਦੇਖੋ ਕਾਟਰੇਜ ਇਹਨਾਂ ਦੀ ਕੋਈ ਜ਼ਿਆਦਾ ਮਹਿੰਗੀ ਨਹੀਂ ਹੈ ਅਤੇ ਹਿੰਦੁਸਤਾਨ ਨੂੰ ਚਾਹੀਦਾ
ਟੈਲੀਫੋਨ ਕਰੋ ਤਾਂ ਉਹ ਕਹਿੰਦੇ ਵੀ ਭਾਵੇਂ ਸਾਥੋਂ ਇੱਕ ਪੀਸ ਮੰਗਵਾਓ ਤਾਂ ਉਹ ਤੁਹਾਨੂੰ ਜ਼ਰੂਰ ਭੇਜੂਗੇ। ਜਪਾਨ ਦੇ ਬਾਹਰਲੇ ਮੁਲਕਾਂ ਦੇ ਵਿੱਚ ਇਹ ਬਹੁਤ ਵਧੀਆ ਗੱਲ ਹੈ, ਕਦਰ ਹਾਂ ਪੁਰਾਣੇ ਚੀਜ਼ ਦੀ ਬਹੁਤ ਜ਼ਿਆਦਾ ਕਦਰ ਹੈ ਜੀ। ਅਤੇ ਉਹਨਾਂ ਦੇ ਵਿੱਚ ਇੱਕ ਹੋਰ ਚੀਜ਼ ਹੈ ਜੀ ਬਾਹਰਲੇ ਮੁਲਕਾਂ ਦੇ ਵਿੱਚ ਕਿ ਉਹ ਇਹਨਾਂ ਚੀਜ਼ਾਂ ਦੀ ਉਹ ਇੱਕ ਪ੍ਰਦਰਸ਼ਨੀ ਇਸ ਤਰ੍ਹਾਂ ਲਾਉਂਦੇ ਵੀ ਜਿਹੜੀ ਉਹਨਾਂ ਦੀਆਂ ਚੀਜ਼ਾਂ ਦਾ ਮੁੱਲ ਪਾਉਂਦਾ ਹੈ, ਜਿੰਨੀ ਪੁਰਾਣੀ ਤੋਂ ਪੁਰਾਣੀ ਚੀਜ਼ ਹੈ ਜਗਤਾਰ ਜੀ ਉਹਨਾਂ ਦਾ ਉਹ ਬੋਲੀ ਲਾਉਂਦੇ ਨੇ ਅਤੇ ਉੱਪਰ ਤੋਂ ਉੱਪਰ ਮੁੱਲ ਲਾਉਂਦੇ ਇਸੇ ਕਹਿੰਦੇ ਓਲਡ ਇਜ਼ ਗੋਲਡਨ ਜੀ। ਹਾਂਜੀ ਜਗਤਾਰ ਜੀ, ਅੱਛਾ ਪੁੱਛਣਾ ਤਾਂ ਨਹੀਂ ਚਾਹੀਦਾ ਹੈਗਾ ਪਰ ਮੇਰੀ ਇੱਛਾ ਵੀ ਹੈਗੀ ਹੈ, ਹੋਰ ਵੀ ਜਿਹੜੇ ਇਸ ਵੇਲੇ ਸਾਡੇ ਜਿੰਨੇ ਵੀ ਸਰੋਤੇ ਦਰਸ਼ਕ ਵੇਖ ਰਹੇ ਹੋਣਗੇ, ਬਾਕੀ ਜਿਹੜਾ ਤੁਹਾਡਾ ਸ਼ੌਕ ਉਹ ਤਾਂ ਬਹੁਤ ਮਹਿੰਗਾ ਹੈਗਾ, ਕਿੰਨਾ ਕੀ ਮਹਿੰਗਾ ਪੈ ਗਿਆ ਹੁਣ ਤੱਕ ਤੁਹਾਨੂੰ ਜੀ? ਜਿਸ ਹਿਸਾਬ ਨਾਲ ਤੁਸੀਂ ਪੂਰਾ ਹਿੰਦੁਸਤਾਨ ਘੁੰਮ ਲਿਆ, ਬਾਹਰੋਂ ਛੋਟੀ ਜਿਹੀ ਨੀਡਲ ਮੰਗਵਾਉਣ ਵਾਸਤੇ ਤੁਹਾਨੂੰ ਜਪਾਨ ਤੋਂ ਕੋਰੀਅਰ ਮੰਗਵਾਉਣੀ ਪੈਂਦੀ, ਫੋਨ ਕਰਨੇ ਪੈਂਦੇ ਹੈਗੇ ਜੀ। ਹਾਂਜੀ ਹਾਂਜੀ ਜਗਤਾਰ ਜੀ, ਹਿਸਾਬ ਕਿਤਾਬ ਜੇ ਲਾਈਏ ਤਾਂ ਕਾਫੀ ਲੰਬਾ ਚੌੜਾ ਹੋ ਜਾਊਗਾ। ਅੱਛਾ, ਕਿਉਂਕਿ ਮੈਂ ਇੱਕ ਮਿਹਨਤੀ ਇਨਸਾਨ ਹਾਂ ਜੀ, ਅਤੇ ਮਿਹਨਤ ਕਰਕੇ ਉਸ ਤੋਂ ਵਿੱਚੋਂ ਫਿਰ ਇਹਨਾਂ ਚੀਜ਼ਾਂ ਵਾਸਤੇ ਪੈਸਾ ਕੱਢਣਾ ਬਹੁਤ ਇੱਕ ਬੜੀ ਚੁਣੌਤੀ ਔਰ ਔਖੀ ਗੱਲ ਹੈ। ਬਿਲਕੁਲ ਜੀ, ਕਿਉਂਕਿ ਮੈਂ ਇੱਕ ਕੰਸਟਰਕਸ਼ਨ ਦਾ ਕੰਮ ਕਰਦਾ ਹੋਇਆ 400-500 ਰੁਪਇਆ ਡੇਲੀ ਕਮਾਉਣ ਵਾਲਾ ਇਨਸਾਨ ਹੋਣਾ, ਬਿਲਕੁਲ, ਅਤੇ ਇਹਨਾਂ ਚੀਜ਼ਾਂ ਵਾਸਤੇ 400-500 ਦੀ ਕੋਟਰੇਜ ਆਉਂਦੀ ਹੈ ਸਰ ਜੀ, ਅਤੇ ਉਸ ਵਾਸਤੇ ਪੈਸਾ ਜਿਹੜਾ ਜੁਟਾਉਣਾ ਬਹੁਤ ਵੱਡੀ ਗੱਲ ਹੈ। ਅਤੇ ਮੈਂ ਤਕਰੀਬਨ 25-30 ਸਾਲਾਂ ਦੇ ਜੇ ਆਪਣਾ ਹਿਸਾਬ ਕਿਤਾਬ ਜੋੜਾਂ ਤਾਂ ਲੱਖਾਂ ਰੁਪਏ ਦੇ ਹਿਸਾਬ ਨਾਲ ਜੁੜ ਜੂਗਾ, ਕਿਉਂਕਿ ਕਦੇ ਕਾਊਂਟ ਤਾਂ ਕਰਿਆ ਨਹੀਂ ਹੈ, ਕਦੇ ਜੋੜਿਆ ਤਾਂ ਹੈ ਨਹੀਂ ਵੀ ਆਪਾਂ ਕਿੰਨਾ ਕੁ ਪੈਸਾ, ਪਰ ਫਿਰ ਵੀ ਮੈਂ ਆਪਣੀ ਜ਼ਿੰਦਗੀ ਦੀ ਜਿਹੜੀ ਮਿਹਨਤ ਦੀ ਕਮਾਈ ਉਸ ਵਿੱਚੋਂ ਮੰਨ ਲਓ ਕਿ ਆਪਾਂ ਅੱਧਾ ਹਿੱਸਾ ਜਿਹੜਾ ਹੈ ਉਹ ਮੈਂ ਇਹਨਾਂ ਕੰਮਾਂ 'ਤੇ ਲਾ ਲਗਾ। ਅੱਛਾ, ਸ਼ੌਕ ਦੇ ਨਾਲ ਢਿੱਡ 'ਤੇ ਭਰਦਾ ਨਹੀਂ ਉਹਨਾਂ ਨੇ, ਪਰਿਵਾਰ ਵੀ ਚਲਾਉਣਾ ਪੈਂਦਾ ਹੈਗਾ ਨਾ, ਹਾਂਜੀ ਹਾਂਜੀ, ਉਹ ਫਿਰ ਗੁਜ਼ਾਰਾ ਕਿਵੇਂ ਹੁੰਦਾ ਜੀ? ਜਗਤਾਰ ਜੀ, ਮੈਂ ਆਪਣਾ ਕੰਮ ਕਰਦੇ ਹੋਏ ਇਹਨਾਂ ਚੀਜ਼ਾਂ ਨੂੰ ਨਾਲ ਨਾਲ ਪਾਲਦੇ ਹੋਏ, ਪਰਿਵਾਰ ਨੂੰ ਪਾਲਦੇ ਹੋਏ ਨਾਲ ਨਾਲ, ਅਤੇ ਮੈਂ ਹੁਣ ਇੱਕ ਹੋਰ ਕੰਮ ਕਰਿਆ ਕਿ ਇਹਨਾਂ ਦਾ ਪੂਰੇ ਪੰਜਾਬ ਲੈਵਲ 'ਤੇ ਹਿੰਦੁਸਤਾਨ ਲੈਵਲ 'ਤੇ ਇਹਨਾਂ ਨੂੰ ਮਤਲਬ ਇੰਟਰਨੈਟ 'ਤੇ ਪਾਇਆ ਹੋਇਆ। ਅੱਛਾ, ਅਤੇ ਮੈਂ ਸੋਚਦਾ ਕਿ ਸ਼ੌਂਕ ਦੇ ਨਾਲ ਨਾਲ ਜਿਹੜਾ ਹੈ ਇਹਨਾਂ ਨੂੰ ਪ੍ਰੋਫੈਸ਼ਨਲ ਵੀ ਬਣਾਇਆ ਜਾਵੇ। ਬਿਲਕੁਲ, ਬਹੁਤ ਜ਼ਰੂਰੀ ਹੈ। ਅਤੇ ਹੁਣ ਮੈਨੂੰ ਤਕਰੀਬਨ 5-4 ਸਾਲਾਂ ਤੋਂ ਇਹਨਾਂ ਤੋਂ ਇਨਕਮ ਵੀ ਹੋਣੀ ਸ਼ੁਰੂ ਹੋਈ ਹੈ। ਉਹ ਕਿਸ ਤਰ੍ਹਾਂ ਕਿ ਮੈਂ ਇਹਨਾਂ ਨੂੰ ਰਿਪੇਅਰ ਵੀ ਕਰਦਾ ਸਰ ਜੀ, ਅਤੇ ਰਿਪੇਅਰ ਕਰਨ ਦੇ ਨਾਲ ਨਾਲ ਮੈਂ ਇਹਨਾਂ ਨੂੰ ਖਰੀਦੋ ਫਰੋਖਤ ਵੀ ਕਰਦਾ। ਅੱਛਾ, ਕਿਉਂਕਿ ਦਿੱਲੀ ਤੋਂ ਇੰਸਟਰੂਮੈਂਟ ਮੰਗਾ ਕੇ ਜਾਂ ਰਿਕਾਰਡ ਪਲੇਅਰ ਮੰਗਾ, ਜੇ ਕੋਈ ਸਾਡੇ ਮਾਣਯੋਗ ਜਿਹੜੇ ਕਿ ਇਹਨਾਂ ਨੂੰ ਸੁਣਨਾ ਚਾਹੁੰਦੇ ਨੇ, ਬਿਲਕੁਲ, ਜੇ ਉਹ ਮੰਗਦੇ ਨੇ ਤਾਂ ਮੈਂ ਔਰਡਰ 'ਤੇ ਜਾਂ ਆਪ ਜਾ ਕੇ ਖੁਦ ਉੱਥੋਂ, ਨਵੇਂ ਤਾਂ ਨਹੀਂ ਮਿਲਦੇ, ਸੈਕਿੰਡ ਹੈਂਡ ਜਿਸ ਤਰ੍ਹਾਂ ਦੇ ਵੀ ਮਿਲਦੇ ਆ, ਤਾਂ ਮੈਂ ਉਹਨਾਂ ਨੂੰ ਲਿਆਣ ਕੇ ਜਿਹੜਾ ਮੈਂ ਮਤਲਬ ਵੇਚਣ ਦਾ ਕੰਮ ਹੈ ਉਹ ਵੀ ਕਰਦਾ, ਅਤੇ ਜੇ ਕਿਸੇ ਕੋਲ ਪਿਆ ਤਾਂ ਖਰੀਦ ਵੀ ਲੈਣਾ, ਅਤੇ ਉਸ ਦੇ ਨਾਲ ਮੇਰੀ ਜਿਹੜੀ ਥੋੜ੍ਹਾ ਜਿਹਾ ਇਨਕਮ ਸੋਰਸ ਵੀ ਚੱਲਣ ਲੱਗ ਗਿਆ, ਕਿਉਂਕਿ ਸ਼ੌਂਕ ਦੇ ਨਾਲ ਜੇ ਆਪਾਂ ਇਹ ਕਰੀਏ ਤਾਂ ਜਦ ਥੋੜ੍ਹਾ ਜਿਹਾ ਸਖਾਲਾ ਹੋ ਜਾਂਦਾ ਜਗਤਾਰ ਜੀ। ਇਸ ਦੇ ਨਾਲ ਇੱਕ ਹੋਰ ਵੀ ਹੁੰਦਾ ਜਗਤਾਰ ਜੀ, ਸ਼ੌਂਕ ਦੇ ਨਾਲ ਜਿਹੜਾ ਆਪਾਂ ਇਹ ਚੀਜ਼ ਵੇਚਣ ਦੀ ਗੱਲ ਕਰਦੇ ਹਾਂ, ਅਤੇ ਮੈਂ ਚਾਹੁੰਦਾ ਵੀ ਵੇਚਣ ਨਾਲ ਇੱਕ ਹੋਰ ਫਾਇਦਾ ਹੋ ਗਿਆ ਕਿ ਜਿਹੜੇ ਇਨਸਾਨ ਜਿਹੜੇ ਲੋਕਾਂ ਨੂੰ ਪਤਾ ਹੀ ਨਹੀਂ ਹੈ, ਜਿਹੜੇ ਲੋਕ ਸ਼ੌਂਕ ਰੱਖਦੇ ਨੇ ਉਹਨਾਂ ਦਾ ਜਿਹੜਾ ਮਨ ਹੈ ਉਹ ਮੈਥੋਂ ਖਰੀਦ ਕੇ ਜਾਂ ਮੈਂ ਭਾਵਾਂ ਕਿੱਥੋਂ ਲਿਆ ਕੇ ਦਿੰਦਾ ਉਹਨਾਂ ਨੂੰ, ਪਰ ਉਹ ਖਰੀਦ ਕੇ ਉਹਨਾਂ ਦਾ ਜਿਹੜਾ ਮਨ ਹੈ ਸ਼ਾਂਤ ਹੋ ਜਾਂਦਾ। ਅਤੇ ਹੁਣੇ ਹੁਣੇ ਮੈਂ ਚੰਡੀਗੜ੍ਹ ਦੇ ਕਾਰਨੀਵਲ ਦੇ ਵਿੱਚ ਤਕਰੀਬਨ 3 ਦਿਨ ਲਾ ਕੇ ਆਇਆ, ਅਤੇ ਉੱਥੇ ਮੈਂ ਆਪਣੀ ਇਹ ਲਾਇਆ ਸੀ ਸਮਾਨ, ਅਤੇ ਉੱਥੇ ਤਕਰੀਬਨ ਜਗਤਾਰ ਜੀ ਬਹੁਤ ਜ਼ਿਆਦਾ ਤਕਰੀਬਨ 1000-2000 ਦੇ ਕਰੀਬ ਲੋਕਾਂ ਨੇ ਤਕਰੀਬਨ ਮੈਨੂੰ ਕਾਰਡ ਮੇਰੇ ਲੱਤੇ 'ਤੇ ਮੈਨੂੰ ਸੁਣਿਆ ਦੇਖਿਆ ਉੱਥੇ ਸਾਰਾ ਸਮਾਨ। ਅਤੇ ਮੈਂ ਚਾਹੁੰਦਾ ਕਿ ਜੇ ਮੈਂ ਉਹਨਾਂ ਵਿੱਚੋਂ 2000 ਬੰਦਿਆਂ ਵਿੱਚੋਂ ਤਕਰੀਬਨ ਮੈਂ 10 ਬੰਦਿਆਂ ਦੇ ਦਿਲ ਵੀ ਖੁਸ਼ ਕਰਤੇ, ਮੰਨ ਲਓ ਉਹਨਾਂ ਦੀ ਰੂਹ ਖੁਸ਼ ਕਰਤੀ, ਮੈਂ ਚਾਹੁੰਦਾ ਕਿ ਪਰਮਾਤਮਾ ਉਹਨਾਂ ਦੇ ਵਿੱਚ ਵੱਸਦਾ ਅਤੇ ਮੈਂ ਪਰਮਾਤਮਾ ਨੂੰ ਮਿਲ ਲਿਆ ਜੀ, ਕਿਉਂਕਿ ਰੂਹ ਕਿਸੇ ਦੀ ਖੁਸ਼ ਕਰਨੀ ਬਹੁਤ ਵੱਡੀ ਜਗਤਾਰ ਜੀ ਗੱਲ ਹੁੰਦੀ ਹੈ। ਅਤੇ ਮੈਂ ਇੰਸਟਰੂਮੈਂਟਾਂ ਦੇ ਰਾਹੀਂ ਜੇ ਮੈਂ ਚਾਹੁੰਦਾ ਕਿਸੇ ਨੂੰ ਵੇਚ ਕੇ ਵੀ, ਤਾਂ ਮੈਂ ਇਹ ਚਾਹੁੰਦਾ ਵੀ ਮੈਂ ਕਿਸੇ ਦੀ ਰੂਹ ਖੁਸ਼ ਕਰ ਸਕਾਂ। ਅੱਛਾ, ਜਿਹੜੇ ਆਪਾਂ ਗੱਲ ਕਰ ਰਹੇ ਸੀ ਤਵਿਆਂ ਦੀ, ਤੁਹਾਡੇ ਕਿੰਨੇ ਕੁ ਤਵੇ ਹੈਗੇ ਨੇ ਜਿਹਨੂੰ ਤਵਾ ਹੀ ਕਹਿੰਦੇ ਹੈਗੇ ਨੇ ਜੀ, ਹੋਰ ਵੀ ਕੋਈ? ਜਗਤਾਰ ਜੀ, ਅਸੀਂ ਤਾਂ ਤਵਾ ਹੀ ਸੁਣਦੇ ਰਹੇ ਨੇ ਜੀ। ਇਹ ਜਗਤਾਰ ਜੀ ਪਿੰਡਾਂ ਦੀ ਇੱਕ ਬੋਲੀ ਹੈ, ਬਿਲਕੁਲ, ਸਾਡੇ ਪੰਜਾਬ ਦੀ, ਕਿਉਂਕਿ ਉਹ ਕਾਲੇ ਰੰਗ ਦੇ ਗੋਲ ਹੁੰਦੇ ਨੇ, ਬਿਲਕੁਲ, ਅਤੇ ਉਹ ਉਸ ਜ਼ਮਾਨੇ ਦੇ ਵਿੱਚ ਲੋਕਾਂ ਨੂੰ ਇਹ ਨਹੀਂ ਸੀ ਪਤਾ ਇਹਨੂੰ ਕੀ ਕਹਿੰਦੇ ਨੇ, ਵੈਸੇ ਤਾਂ ਉਹਦਾ ਨਾਂ ਜਿਹੜਾ LP ਰਿਕਾਰਡ ਹੈ, LP ਮਤਲਬ ਲੌਂਗ ਪਲੇ ਬਣਦਾ ਇਹਦਾ ਚੱਲਣਾ, ਅਤੇ ਉਹ ਵੱਡਾ ਹੁੰਦਾ ਜੀ, ਬਿਲਕੁਲ 12 ਇੰਚ ਦਾ ਹੁੰਦਾ ਜੀ, ਅਤੇ ਉਹ LP ਰਿਕਾਰਡ ਜਿਹੜਾ ਹੁੰਦਾ ਜੀ ਉਹਦੇ ਵਿੱਚ ਪੂਰੀ ਫਿਲਮ ਦੇ ਗਾਣੇ ਅਤੇ ਪੰਜਾਬੀ ਜਿਹੜੇ ਗਾਉਣੇ 13-14 ਗਾਣੇ ਦੋਨੋਂ ਸਾਈਡ ਆ ਜਾਂਦੇ ਨੇ LP ਰਿਕਾਰਡ, ਅਤੇ ਉਸ ਤੋਂ ਛੋਟਾ ਇੱਕ EP ਰਿਕਾਰਡ ਹੁੰਦਾ ਜੀ, ਅਤੇ ਉਹ 7 ਇੰਚ ਦਾ ਹੁੰਦਾ ਜੀ EP ਰਿਕਾਰਡ, ਉਹਦੇ ਵਿੱਚ ਥੋੜ੍ਹੇ ਛੋਟੇ ਘੱਟ ਰਿਕਾਰਡ ਆਉਂਦੇ। ਇੱਕ ਜਿਹੜਾ ਆਪਾਂ 1 ਲੱਖ ਦਾ ਰਿਕਾਰਡ ਕਹਿੰਦੇ ਜੀ, ਉਹ ਜਿਹੜਾ ਹੈਗਾ ਉਹ ਗ੍ਰਾਮੋਫੋਨ 'ਤੇ ਚੱਲਦਾ ਜੀ, ਜਿਹੜਾ ਪੱਥਰ ਦਾ ਆਪਾਂ ਜਿਹਨੂੰ ਆਪਾਂ ਰਿਕਾਰਡ ਕਰਦੇ। ਅੱਛਾ ਅੱਛਾ, ਹਾਂਜੀ, ਇਹਨੂੰ LP ਰਿਕਾਰਡ ਕਿਹਾ ਜਾਂਦਾ। ਅੱਛਾ, LP, EP, ਫਿਰ ਅੱਜ ਕੱਲ੍ਹ CD, DVD, DVD 'ਚ ਪਾਣੀ 4-4 ਫਿਲਮ ਆ ਜਾਂਦੀਆਂ ਹੈਗੀਆਂ। ਹਾਂਜੀ, ਕਿੰਨੇ ਕੁ ਪਏ ਹੈਗੇ ਨੇ ਤੁਹਾਡੇ ਕੋਲ?
ਜਗਤਾਰ ਜੀ, ਮੇਰੇ ਕੋਲ ਤਕਰੀਬਨ 2000 ਦੇ ਕਰੀਬ ਰਿਕਾਰਡ ਫਿਲਮਾਂ ਦਾ ਅਤੇ ਪੰਜਾਬੀ ਤਕਰੀਬਨ ਮੇਰੇ ਕੋਲ ਪੰਜਾਬੀ ਹਰ ਇੱਕ ਕਲਾਕਾਰ ਦਾ ਰਿਕਾਰਡ ਜਿਹੜਾ ਹੈਗਾ ਉਹ ਪਿਆ ਹੈ। ਜੇ ਕਿਸੇ ਕੰਪਨੀ ਨੇ ਕੱਢਿਆ ਤਾਂ ਉਹ ਤਕਰੀਬਨ ਮੇਰੇ ਕੋਲ ਪਿਆ ਹੋਊਗਾ, ਜੇ ਕਿਸੇ ਕੰਪਨੀ ਨੇ ਨਹੀਂ ਕੱਢਿਆ ਤਾਂ ਉਹ ਨਹੀਂ ਹੋਊਗਾ। ਅਤੇ ਫਿਲਮਾਂ ਦਾ ਤਕਰੀਬਨ ਕਾਫੀ ਫਿਲਮਾਂ ਦਾ 1500 ਦੇ ਕਰੀਬ ਤੋਂ ਵੀ ਜ਼ਿਆਦਾ ਹਿੰਦੀ ਫਿਲਮਾਂ ਵੀ, ਹਿੰਦੀ ਫਿਲਮਾਂ, ਹਿੰਦੀ ਪਿਕਚਰਾਂ ਦਾ ਪਿਆ ਹੈ। ਅੱਛਾ, ਪੁਰਾਣੇ ਤੋਂ ਪੁਰਾਣਾ ਜਿਹੜੀ ਤੁਹਾਡੇ ਕੋਲ ਤਵਾ ਹੈਗਾ, ਐਲ ਪੀ ਹੈਗਾ, ਇਹ ਕਿੰਨੇ ਕੁ ਸਾਲ ਪੁਰਾਣਾ ਹੈਗਾ ਜੀ? ਤਕਰੀਬਨ ਮੇਰੇ ਕੋਲ ਜਿਹੜਾ ਪਹਿਲਾ ਜਿਹੜਾ ਪੁਰਾਣੇ ਤੋਂ ਪੁਰਾਣਾ ਐਲ ਪੀ ਹੈ ਜੀ, 1940 ਜਾਂ 50 ਦੇ ਕਰੀਬ ਮੇਰੇ ਕੋਲ ਰਿਕਾਰਡ ਹੈਗਾ ਜੀ। ਉਸ ਤੋਂ ਬਾਅਦ ਜੇ ਹੁਣ ਤੱਕ ਤਕਰੀਬਨ ਮੇਰੇ ਕੋਲ ਰਿਕਾਰਡ ਪਏ। ਅਤੇ ਜੇ ਉਹਨੂੰ ਅੱਜ ਵੀ ਜੇ ਚਲਾਉਣਾ ਹੋਵੇ ਤੁਸੀਂ, ਉਹ ਚੱਲਦੇ ਹੈਗੇ ਨੇ ਜੀ? ਵਧੀਆ ਚੱਲਦੇ ਹੈਗੇ ਨੇ? ਬਿਲਕੁਲ ਵਧੀਆ, ਇੰਨੇ ਵਧੀਆ ਚੱਲਦੇ ਜੀ ਕਿ ਤੁਸੀਂ ਅੱਜ ਦੀ ਜੇ ਸੀ ਡੀ ਸੁਣੋ ਤਾਂ ਉਹ ਸੁਣੋ ਤਾਂ ਉਹ ਜ਼ਿਆਦਾ ਵਧੀਆ ਚੱਲਦੇ ਜੀ। ਕਿਉਂਕਿ ਜਿਹੜੀ ਰਿਕਾਰਡ ਹੁੰਦਾ ਜਗਤਾਰ ਜੀ, ਉਹ ਇੱਕ ਓਰਿਜਨਲ ਟਰੈਕ ਹੁੰਦਾ ਹੈ ਅਤੇ ਉਹ ਇੰਨਾ ਵਧੀਆ ਚੱਲਦਾ, ਓਰਿਜਨਲ ਜਿਹੜਾ ਟਰੈਕ ਹੈ ਜਦੋਂ ਤੁਸੀਂ ਉਹਨੂੰ ਸੁਣੋਗੇ ਉਹਦੇ ਵਿੱਚੋਂ ਇੰਨੀ ਵਧੀਆ ਆਵਾਜ਼ ਅਤੇ ਅਲੱਗ ਅਲੱਗ ਆਵਾਜ਼ ਸੁਣਦੀ ਹੈ। ਜਿਹੜੀ ਸੀ ਡੀ ਜਾਂ ਆਪਾਂ ਨੂੰ ਟੇਪ ਘਰ ਆਉਂਦੀ ਹੈ ਜੀ, ਉਸ ਰਿਕਾਰਡ ਤੋਂ ਮਿਕਸਚਰ ਕਰਕੇ ਉਸ ਤੋਂ ਉੱਪਰ ਤੋਂ ਟੇਪ ਕਰਕੇ ਭੇਜੀ ਜਾਂਦੀ ਹੈ, ਉਹਦੀ ਆਵਾਜ਼ ਦੇ ਵਿੱਚ ਥੋੜ੍ਹਾ ਜਿਹਾ ਫਰਕ ਹੁੰਦਾ। ਜਿਹੜਾ ਰਿਕਾਰਡ ਹੈ ਜੀ ਉਹ ਓਰਿਜਨਲ ਟਰੈਕ ਹੁੰਦਾ, ਉਹਦੀ ਆਵਾਜ਼ ਬਹੁਤ ਵਧੀਆ। ਅੱਛਾ ਇੰਦਰਜੀਤ ਜੀ, ਤੁਹਾਨੂੰ ਗਾਉਣ ਦਾ ਵੀ ਸ਼ੌਕ ਹੈਗਾ ਅਤੇ ਇਹ ਵੀ ਜਿਸ ਤਰ੍ਹਾਂ ਦੱਸਿਆ, ਅਤੇ ਕਿੰਨੇ ਜਾਂਦੇ ਜਾਂਦੇ ਬਹੁਤ ਸਮਾਂ ਘੱਟ ਰਹੇਗਾ ਕਿ ਸਾਡਾ ਮੇਨ ਟਾਰਗੇਟ ਵੀ ਤੁਹਾਡੇ ਜਿਹੜੇ ਤੁਹਾਡੇ ਸ਼ੌਕ ਉਹਨੂੰ ਦਿਖਾਇਆ ਜਾਵੇ, ਅਤੇ ਕੁਝ ਹੀ ਪਲ ਰਹੇ ਗਏ ਨੇ, ਕਿੰਨੀਆਂ ਕੁ ਟੇਪ ਆਈਆਂ ਹੈਗੀਆਂ ਨੇ ਤੁਹਾਡੀਆਂ ਜੀ? ਜਗਤਾਰ ਜੀ, ਮੇਰੀਆਂ ਮਾਰਕੀਟ ਦੇ ਵਿੱਚ 3 ਟੇਪਾਂ ਆਈਆਂ ਜੀ। ਅੱਛਾ ਜੀ। ਪਹਿਲੀ ਟੇਪ ਨਖਰੇ ਨੇ ਪੱਟੇ ਗੱਭਰੂ BMC ਕੰਪਨੀ ਕੀਤੀ ਸੀ, ਦੂਸਰੀ ਮੇਰੀ ਟੇਪ ਵਾਅਦਾ ਕਰਕੇ ਜੀ ਉਹ TPM ਨੇ ਕਰੀ ਸੀ ਜੀ, ਅਤੇ ਤੀਸਰੀ ਮੇਰੀ ਮਿਸ ਪੂਜਾ ਜੀ ਦੇ ਨਾਲ ਆਈ ਸੀ ਸਰਪੰਚੀ ਕੈਸਟ, ਅਤੇ ਉਹ TS ਮਿਊਜ਼ਿਕ ਕੰਪਨੀ ਕੀਤੀ ਸੀ। ਅੱਛਾ, ਤੁਹਾਡਾ ਜਿਹੜਾ ਖੇਡ ਵੈਸੇ ਤਾਂ ਸਾਰੇ ਫੇਵਰੇਟ ਸੌਂਗ ਹੋਣਗੇ ਤੁਹਾਨੂੰ, ਤਾਂ ਹਰ ਇੱਕ ਨੂੰ ਅੱਛੇ ਲੱਗਦੇ ਨੇਗੇ, ਜਿਹੜਾ ਚੱਲਦਾ ਜ਼ਿਆਦਾ ਜਿਹੜਾ ਤੁਹਾਨੂੰ ਲੱਗਾ ਕਿ ਜਿਹਦੇ ਨਾਲ ਤੁਹਾਡੀ ਪਹਿਚਾਣ ਬਣੀ ਹੋਊਗੀ ਕਿ ਵਾਕਈ ਗੀਤ, ਜੇ ਉਹ ਕੁਝ ਜਿਹੜੀਆਂ 17 ਜਣਾ ਜਿਹਨੂੰ ਆਪਾਂ ਅੰਤੜਾ ਮੁਖੜਾ ਕਹਿੰਦੇ ਹਾਂ, ਤਾਂ ਜ਼ਰੂਰ ਸਾਡੇ ਜਿਹੜੇ ਦਰਸ਼ਕ ਨੇ ਸਰੋਤੇ ਉਹ ਸੁਣਨਾ ਚਾਹੁੰਦੇ ਹੋਣਗੇ ਜੀ। ਜਗਤਾਰ ਜੀ, ਵੈਸੇ ਤਾਂ ਗਾਇਕ ਨੂੰ ਸਾਰੇ ਹੀ ਆਪਣੇ ਗਾਣੇ ਜਿਹੜੇ ਉਹ ਪਿਆਰੇ ਹੁੰਦੇ ਨੇ, ਬਿਲਕੁਲ ਬਿਲਕੁਲ, ਪਰ ਜਿਹੜਾ ਮੇਰਾ TV ਚੈਨਲ ਤੋਂ, ਕਿਉਂਕਿ 2007 ਦੇ ਵਿੱਚ ਮੇਰੀ ਸਰਪੰਚੀ ਕੈਸਟ ਆਈ ਸੀ, ਉਹਦਾ ਇੱਕ ਗਾਣਾ ਮਸ਼ਹੂਰ ਹੋਇਆ ਸੀ ਜਿਹੜਾ ਕਿ ਚਰਖਾ ਗਾਣਾ ਸੀ, ਪੰਜਾਬੀ ਲੋਕ ਰੰਗ ਦੇ ਪਰ ਸੀ, ਅਤੇ ਉਹਦੀਆਂ ਮੈਂ ਤੁਹਾਨੂੰ ਜ਼ਰੂਰ ਜ਼ਰੂਰ ਗਾ ਕੇ, ਜੇ ਸਾਨੂੰ ਵੀ ਚੰਗਾ ਲੱਗੇਗਾ ਜੀ। ਘੜੀ ਮੂੜੀ ਬੈਠੀ ਬੂਹੇ ਵੱਲ ਤੱਕਦੀ, ਲਾਉਣੀ ਏ ਬਹਾਨੇ ਚਰਖਾ ਨਾ ਕੱਤਦੀ, ਇੱਕ ਹੱਥ ਪੂਣੀਆਂ ਨੂੰ ਨਾ ਲਾਇਆ ਨੀ, ਨੀ ਚੌਥਾ ਗੇੜਾ ਮਿੱਤਰਾਂ ਦਾ, ਇੱਕ ਤੰਦ ਚਰਖੇ ਨਾ ਪਾਇਆ, ਨੀ ਚੌਥਾ ਗੇੜਾ ਮਿੱਤਰਾਂ ਦਾ। ਹੋ ਬਹੁਤ ਅੱਛਾ ਹੀ ਲੱਗਦਾ, ਅਜੇ ਗਲਾ ਵੀ ਤੁਹਾਡਾ ਸਾਫ਼ ਨਹੀਂ ਹੈਗਾ ਜੀ। ਉਹ ਜਗਤਾਰ ਜੀ, ਇਸ ਤਰ੍ਹਾਂ ਕਿ ਇੱਕ ਤਾਂ ਕਾਰਨੀਵਲ ਦੇ ਵਿੱਚ ਮੈਂ ਬੜਾ ਥੱਕਿਆ, ਹੁਣ 2-3 ਦਿਨ ਬਿਲਕੁਲ ਬਿਲਕੁਲ ਬਿਲਕੁਲ, ਅਤੇ 3 ਦਿਨ ਮੈਂ ਲਗਾਤਾਰ ਉੱਥੇ ਖੜਿਆ ਰਿਹਾ ਸਾਰਾ ਦਿਨ। ਸਿੰਗਰ ਨੂੰ ਆਪਣਾ ਗਲਾ ਬਹੁਤ ਸਾਂਭੀ, ਡਸਟ ਘੱਟਾ ਸਾਰਾ ਕੁਛ, ਉਹਦੇ ਵਾਸਤੇ ਥੋੜ੍ਹਾ ਰਿਆਜ਼ ਕਰਨਾ ਪੈਂਦਾ ਜੀ, ਕਾਫੀ ਗੱਲਾਂ। ਇਹ ਕਹਾਵਤ ਹੈ ਜੀ ਸਿਆਣਿਆਂ ਦੀ, ਕਹਿੰਦੇ ਖਜੂਰ 'ਤੇ ਚੜ੍ਹਨਾ ਬੜਾ ਔਖਾ, ਬਿਲਕੁਲ, ਅਤੇ ਉਤਰਨਾ ਉਹ ਤੋਂ ਵੀ ਬੜਾ ਔਖਾ। ਅਤੇ ਸਿੰਗਿੰਗ ਆਪਾਂ ਪਾਲ ਲੈਂਦੇ ਹਾਂ ਜਾਂ ਇਸ ਤਰ੍ਹਾਂ ਦੇ ਸ਼ੌਂਕ ਪਾਲ ਲੈਂਦੇ ਹਾਂ, ਜਦੋਂ ਆਪਾਂ ਉੱਪਰ ਜਾਂਦੇ ਹਾਂ ਤਾਂ ਬਹੁਤ ਔਖਾ ਸਿੰਗਿੰਗ ਕਰਨਾ ਜਗਤਾਰ ਜੀ, ਬਹੁਤ ਔਖਾ, ਇੱਕ ਬਹੁਤ ਔਖਾ ਕੰਮ ਹੈ, ਇੱਕ ਸਾਧਨਾ ਜਿਹਨੂੰ ਆਪਾਂ ਕਹਿੰਦੇ ਹਾਂ ਉਹ ਹੈ। ਜੇ ਹੁਣ ਅੱਜ ਕੱਲ੍ਹ ਦੀ ਗੱਲ ਕਰੀਏ, ਅੱਜ ਕੱਲ੍ਹ ਜਿਹੜੀ ਸਿੰਗਿੰਗ ਹੈ ਜੀ ਉਹ ਤਾਂ ਟਰੈਕਾਂ 'ਤੇ ਹੈ, ਅੱਜ ਕੱਲ੍ਹ ਤਾਂ ਤੁਸੀਂ ਜਿਸ ਤਰ੍ਹਾਂ ਮਰਜ਼ੀ ਵੀ ਗਾ ਲਓ, ਜਿਹੜੀ ਪਹਿਲਾਂ ਸਿੰਗਿੰਗ ਹੁੰਦੀ ਸੀ ਜੀ ਹਿੱਕ ਦੇ ਜ਼ੋਰ ਨਾਲ, ਹਿੱਕ ਦੇ ਜ਼ੋਰ ਨਾਲ ਗਾਈ ਜਾਂਦੀ ਸੀ, ਅਤੇ ਮੈਂ ਬਹੁਤ ਲਾਈਵ ਸ਼ੋਅ ਕੀਤੇ ਹੈ ਬਾਹਰ ਇੱਥੇ ਇੰਡੀਆ ਦੇ ਵਿੱਚ, ਮੈਂ ਅਤੇ ਉਹ ਜਦੋਂ ਹਿੱਕ ਦੇ ਨਾਲ 4-4 ਘੰਟੇ ਗਾਉਣਾ ਪੈਂਦਾ ਫਿਰ ਪਤਾ ਲੱਗਦਾ ਹੈ ਵਾਕਈ ਮਿਹਨਤ ਹੈ ਕਿਤੇ। ਇੰਦਰਜੀਤ ਗੋਰਖਾ ਜੀ, ਤੁਸੀਂ ਸਾਡੇ ਸਟੂਡੀਓ 'ਚ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ, ਅਤੇ ਇਸ ਤਰ੍ਹਾਂ ਹੀ ਆਪਣੇ ਸ਼ੌਕ ਪਾਲਣ ਅਤੇ ਸੱਭਿਆਚਾਰ ਜਿਹੜਾ ਸਾਡਾ ਵਿਰਸਾ ਸੰਭਾਲ ਕੇ ਰੱਖਿਆ ਗਿਆ, ਤੁਸੀਂ ਵਾਕਈ ਵਧਾਈ ਦੇ ਪਾਤਰ ਜੇ ਜੀ। ਥੈਂਕ ਯੂ, ਧੰਨਵਾਦ ਜੀ, ਬਹੁਤ ਸ਼ੁਕਰੀਆ ਜੀ ਤੁਹਾਡਾ ਜਗਤਾਰ ਜੀ। ਅਸੀਂ ਤਾਂ ਹੀ ਜਿਉਂਦੇ ਹਾਂ ਜੇਕਰ ਸਾਡਾ ਅਮੀਰ ਵਿਰਸਾ, ਸੱਭਿਆਚਾਰ, ਸੰਸਕ੍ਰਿਤੀ, ਸੰਸਕਾਰ ਆਦਿ ਜਿਉਂਦੇ ਰਹਿਣ। ਅਜਿਹੀਆਂ ਕੋਸ਼ਿਸ਼ਾਂ ਹਮੇਸ਼ਾ ਹੀ ਹੁੰਦੀਆਂ ਰਹਿਣੀਆਂ ਚਾਹੀਦੀਆਂ, ਤਾਂ ਹੀ ਅਸੀਂ ਆਪਣੇ ਆਪ ਨੂੰ ਭਾਰਤੀ ਕਵਾ ਸਕਦੇ ਹਾਂ। ਫਿਲਹਾਲ ਜਾਗੋ ਪੰਜਾਬ ਵਿੱਚ ਅੱਜ ਦੇ ਲਈ ਇੰਨਾ ਹੀ, ਇੱਕ ਨਵੇਂ ਮੁੱਦੇ ਅਤੇ ਨਵੀਂ ਹਸਤੀ ਨਾਲ ਕੱਲ੍ਹ ਫਿਰ ਹਾਜ਼ਰ ਹੋਵਾਂਗੇ। ਤਦ ਤੱਕ ਲਈ ਸਾਨੂੰ ਦਿਓ ਆਗਿਆ, ਹਮੇਸ਼ਾ ਹੱਸਦੇ ਰਹੋ, ਵੱਸਦੇ ਰਹੋ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਖਬਰਾਂ ਦੀ ਦੁਨੀਆ ਵਿੱਚ ਆਓ, ਸਾਡੇ ਨਾਲ ਕਦੇ ਵੀ ਤੇ ਕਿਤੋਂ ਵੀ ਜੁੜੋ। ਆਪਾਂ ਮਿਲਾਂਗੇ ਫੇਸਬੁੱਕ ਤੇ, ਅਸੀਂ ਦਿਖਾਂਗੇ ਯੂਟਿਊਬ ਤੇ, ਸਾਨੂੰ ਫੋਲੋ ਕਰੋ ਟਵਿੱਟਰ ਤੇ। ਖਬਰਾਂ ਨਾਲ ਜੁੜੇ ਰਹੋ ਦਿਨ ਰਾਤ।